ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਤੁਹਾਡਾ ਸਵਾਗਤ ਪ੍ਰੋਗਰਾਮ ਅੱਜ ਦਾ ਮੁੱਦਾ ਦੇ ਵਿੱਚ, ਮੈਂ ਤੁਹਾਡੀ ਹੋਸਟ ਆਸ਼ਮਿਤਾ। ਸਾਰਿਆਂ ਨੂੰ ਇੱਕ ਵਾਰੀ ਫਿਰ ਇਸ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੇ ਹਾਂ। ਬਹੁਤ ਹੀ ਦਿਲਚਸਪ, ਮੈਂ ਕਹਾਂਗੀ ਗੁੱਡ ਨਿਊਜ਼ ਵਾਲਾ ਪ੍ਰੋਗਰਾਮ ਹੈਗਾ। ਅਕਸਰ ਜੋ ਸਾਡਾ ਇਹ ਨਿਊਜ਼ ਦਾ ਬਿਜ਼ਨਸ ਹੈਗਾ, ਖਾਸ ਕਰਕੇ ਜਦੋਂ ਪੱਤਰਕਾਰ ਦੀ ਗੱਲ ਆਉਂਦੀ ਹੈ, ਤਾਂ ਅਕਸਰ ਸਾਨੂੰ ਇਹੋ ਜਿਹੀ ਨਿਊਜ਼ ਤੁਹਾਡੇ ਨਾਲ ਪਹੁੰਚਾਉਣੀ ਪੈਂਦੀ ਹੈ ਜੋ ਸੁਣ ਕੇ ਦਿਲ ਇੰਨਾ ਖੁਸ਼ ਨਹੀਂ ਹੁੰਦਾ, ਜ਼ਿਆਦਾ ਟੈਨਸ਼ਨ ਹੀ ਆਉਂਦੀ ਹੈ। ਬਟ ਅੱਜ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਮੈਂ ਤੁਹਾਡੇ ਨਾਲ ਇੱਕ ਇੰਸਪੀਰੇਸ਼ਨ ਚੀਜ਼ ਸ਼ੇਅਰ ਕਰਨ ਜਾ ਰਹੀ ਹਾਂ। ਇਹ ਨਿਊਜ਼ ਵੀ ਹੈਗੀ ਅਤੇ ਸਾਡੇ ਸਾਰਿਆਂ ਨੇ, ਸਾਡੀ ਕਮਿਊਨਿਟੀ ਲਈ, ਸਾਡੇ ਸਿੱਖਾਂ ਲਈ ਇੱਕ ਮਾਣ ਦੀ ਗੱਲ ਹੈ ਜੋ ਅੱਜ ਆਪਾਂ ਡਿਸਕਸ ਕਰਨ ਜਾ ਰਹੇ ਹਾਂ। ਜੋ ਸਾਡੇ ਨਾਲ ਗੈਸਟ ਜੁੜੇ ਹਨ, ਉਹ ਵੀ ਇੱਕ ਇੰਸਪੀਰੇਸ਼ਨ ਹੈਗੇ, ਐਂਡ ਉਹਨਾਂ ਨੂੰ ਇਸ ਇੰਸਪੀਰੇਸ਼ਨ ਹੋਣ ਦੇ ਨਾਤੇ ਰੈਕਗਨਾਈਜ਼ ਕੀਤਾ ਜਾ ਰਿਹਾ ਵਰਲਡ ਵਾਈਡ। ਬਟ ਮੈਂ ਕਹਾਂਗੀ ਦੁਨੀਆ ਦੀ ਜੋ ਇੱਕ ਇਤਿਹਾਸਿਕ ਤੌਰ 'ਤੇ ਸਭ ਤੋਂ ਪੁਰਾਣੀ ਸੁਪਰ ਪਾਵਰ ਹੈਗੀ, ਉਸ ਮੁਲਕ ਦੇ ਵਿੱਚ ਬਹਿ ਕੇ ਇਸ ਸ਼ਖਸੀਅਤ ਨੇ ਆਪਣਾ ਅਤੇ ਪੂਰੀ ਸਿੱਖ ਕਮਿਊਨਿਟੀ ਦਾ ਨਾਂ ਰੌਸ਼ਨ ਕੀਤਾ ਹੈ। ਸੋ ਮੈਨੂੰ ਅੱਜ ਦੇ ਪ੍ਰੋਗਰਾਮ ਦੇ ਵਿੱਚ ਬਹੁਤ ਹੀ ਜ਼ਿਆਦਾ ਖੁਸ਼ੀ ਹੋ ਰਹੀ ਹੈ ਇੱਕ ਵਾਰੀ ਫਿਰ ਜਸ ਪੰਜਾਬੀ 'ਤੇ ਤੁਹਾਡੇ ਨਾਲ ਲੈ ਕੇ ਹਾਜ਼ਰ ਹੋਇਆ ਰਾਜਿੰਦਰ ਸਿੰਘ ਜੀ। ਸਭ ਤੋਂ ਪਹਿਲੇ ਰਾਜਿੰਦਰ ਸਿੰਘ ਜੀ, ਮੈਂ ਤੁਹਾਡਾ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਸਤਿ ਸ਼੍ਰੀ ਅਕਾਲ। ਰਜਿੰਦਰ ਸਿੰਘ ਜੀ, ਤੁਸੀਂ ਤੁਹਾਨੂੰ ਕੌਣ ਨਹੀਂ ਜਾਣਦਾ, ਨੋਨ ਐਜ਼ ਦ ਸਕਿਪਿੰਗ ਸਿੱਖ। ਤੁਸੀਂ UK ਦੇ ਵਿੱਚ ਪਿਛਲੇ ਕੁਛ ਸਮੇਂ ਤੋਂ ਫਿਟਨੈਸ ਅਤੇ ਹੈਲਥ ਅਤੇ ਜੋ ਸਾਡੀ ਮਤਲਬ ਸਿੱਖੀ ਦੀ ਬੇਸਿਕ ਪ੍ਰਿੰਸੀਪਲਸ ਹੈਗੇ, ਭਾਵੇਂ ਉਹ ਕਿਸਾਨੀ ਹੋਏ, ਇਹਨਾਂ ਚੀਜ਼ਾਂ ਨੂੰ ਲੈ ਕੇ ਬਹੁਤ ਮਸ਼ਹੂਰ ਹੋਏ। ਬਹੁਤ ਤੁਸੀਂ ਚੈਰੀਟੇਬਲ ਕੰਮ ਕੀਤਾ ਹੈ, ਫੰਡ ਰੇਜ਼ਿੰਗ ਕੀਤੀ ਹੈ, ਖਾਸ ਕਰਕੇ ਪਿਛਲੇ ਸਾਲ ਕੋਵਿਡ ਦੇ ਵਿੱਚ ਤੁਸੀਂ ਥਾਊਜ਼ੰਡਸ ਆਫ pounds raise kita through your exercise. So I'm so glad to have you here with us today, Rajinder Singh ji. Sab to pehle, once again, thank you for being with us. Thank you for everything that you've done. Mainu pata hai mere viewers nu bahut khushi ho rahi hai tode naal ajj thodi ji gal karke. So sab to pehle Rajinder Singh ji, skipping sikh, skipping sikh di shuruaat bare sanu dasso. ਸਕਿਪਿੰਗ ਦੀ ਜੀ, ਮੇਰੇ ਫਾਦਰ ਆਰਮੀ ਦੇ ਵਿੱਚ ਸੀ, ਉਹ ਮੈਨੂੰ ਟੀਚ ਕਰਦੇ ਹੁੰਦੇ ਸੀ ਅਤੇ ਮੈਂ ਸਕਿਪਿੰਗ ਦਾ ਇੰਨਾ ਨਹੀਂ ਸੀ, ਪਰ ਉਹ ਮੈਨੂੰ ਕਹਿੰਦੇ ਕਿ ਬਹੁਤ ਗੁੱਡ ਵਧੀਆ ਕਿ ਉਹ ਆਰਮੀ ਦੇ ਵਿੱਚ ਕਰਦੇ ਹੁੰਦੇ ਸੀ ਅਤੇ ਕਿਤੇ ਵੀ ਤੁਸੀਂ ਕਰ ਸਕਦੇ ਜੇ। ਉੱਥੋਂ ਫਿਰ ਮੈਂ ਕਰਦਾ ਰਿਹਾ ਹੋਰ ਐਕਸਰਸਾਈਜ਼ਾਂ, ਰਨਿੰਗ ਵਗੈਰਾ, ਲੌਂਗ ਜੰਪ, ਹਾਈ ਜੰਪ, ਸਾਰਾ ਕੁਛ। ਅਤੇ ਹੁਣ ਆ ਜਿਹੜਾ ਬੇਟੀ ਦੇ ਕਰਕੇ ਮੈਨੂੰ ਇਹਨੇ ਕੀ ਕੀਤਾ, ਮੈਂ ਅਲੋਟਮੈਂਟ 'ਚ ਗਿਆ ਸੀ, ਵੀਡੀਓ ਮੇਰੀ ਬਣਾ ਲਈ ਅਤੇ ਕਈ ਵਾਰ ਬੱਚੇ ਉਸ ਤਰ੍ਹਾਂ ਕਰਦੇ ਆ ਅਤੇ ਮੈਨੂੰ ਨਹੀਂ ਸੀ ਪਤਾ ਕਿ ਇਹਨੇ ਕਦ ਲਈ ਬਣਾਈ ਹੈ। ਇਹਨੇ ਉਹ ਜਿਹੜੀ ਸੀ ਵੈਬਸਾਈਟ 'ਤੇ ਜਾਂ ਯੂਟਿਊਬ 'ਤੇ ਪਾ ਦਿੱਤੀ ਬਜ਼ੁਰਗਾਂ ਵਾਸਤੇ ਕਿ ਐਕਸਰਸਾਈਜ਼ ਇਸ ਤਰ੍ਹਾਂ ਤੁਸੀਂ ਕਰੋ ਅਤੇ ਅਪਸੈਟ ਨਾ ਹੋ। ਔਰ ਕੀਤੀ ਅਤੇ ਮੈਨੂੰ ਪੁੱਛਿਆ ਇਹਨੇ ਕਿ ਡੈਡ ਇਸ ਤਰ੍ਹਾਂ ਕਰਕੇ ਬਹੁਤ ਲੋਕਾਂ ਨੇ ਪਸੰਦ ਕੀਤੀ ਹੈ। ਅਤੇ ਮੈਂ ਕਿਹਾ ਵੀ ਬੇਟੇ ਕਿ ਮੈਂ ਤਾਂ ਇੱਦਾਂ ਹਾਈਡ ਕਰਦਾ ਰਹਿੰਦਾ ਆਪਣੇ ਆਪ ਨੂੰ। ਫਿਰ ਮੈਂ ਕਿਹਾ ਕਿ ਹਾਂ ਬਜ਼ੁਰਗਾਂ ਦੀ ਜਿਹਨੂੰ ਹੈਲਪ ਕੀਤੀ ਉਹਦੇ ਨਾਲ ਬਜ਼ੁਰਗਾਂ ਦੇ ਵਾਸਤੇ ਕੀਤਾ ਸੀ, ਪਰ ਯੰਗ ਜਨਰੇਸ਼ਨ ਨੇ, ਬੱਚਿਆਂ ਨੇ, ਉਹਨਾਂ ਨੇ ਬਹੁਤ ਪਸੰਦ ਕੀਤਾ। ਅਤੇ ਉੱਥੋਂ ਫਿਰ ਬੇਟੀ ਨੇ ਮੈਨੂੰ ਕਿਹਾ ਤਾਂ ਮੈਂ ਬੇਟੀ ਦੇ ਵਾਸਤੇ ਕੀਤਾ ਜੇ ਹੋਰ ਕੋਈ ਮੈਨੂੰ ਕਹਿੰਦਾ, ਕਿਉਂਕਿ ਇਹਦੇ 'ਚ ਵੀ ਟਰੁੱਥ ਹੈ। ਅਜੇ ਤੱਕ ਹੀ ਮੈਂ ਕਹੂੰਗਾ ਲਾਸਟ ਦਵਾਂ ਤੱਕ ਕਿ ਮੈਨੂੰ ਕੋਈ ਮਿਲੀਅਨ ਮਿਲੀਅਨ ਪਾਉਂਡ ਦੇ ਦੇਵੇ ਮੇਰੇ ਲਈ ਕਰ ਦੇ, ਮੈਂ ਨਹੀਂ ਕਰੂੰਗਾ। ਇੱਕ ਸਿਰਫ ਬੱਚੀ ਦੇ ਵਾਸਤੇ ਮੈਂ ਕੀਤਾ, ਧੀ ਦੇ ਵਾਸਤੇ, ਕਿਉਂ ਧੀਆਂ ਦੀ ਰਿਸਪੈਕਟ ਮੈਂ ਬਹੁਤ ਕਰਦਾ, ਮਾਵਾਂ ਭੈਣਾਂ ਦੀ, ਇਸ ਕਰਕੇ ਮੈਂ ਇਹਦੇ ਲਈ ਕੀਤਾ। ਤਾਂ ਇੱਕ ਚੈਰਿਟੀ ਦਾ, ਦੂਸਰਾ ਐਕਸਰਸਾਈਜ਼, ਲੋਕ ਨਹੀਂ ਬਾਹਰ ਜਾ ਸਕਦੇ ਸੀ ਅਤੇ ਉਹਨਾਂ ਦੀ ਬਹੁਤ ਹੈਲਪ ਪਰਮਾਤਮਾ ਨੇ ਕਰਾਈ ਹੈ। ਮੇਰਾ ਮੁਝਮੇ ਕੁਛ ਨਹੀਂ, ਜੋ ਕੁਛ ਹੈ ਸੋ ਤੇਰਾ ਜੀ, ਉਹਦਾ ਪਰਮਾਤਮਾ ਦਾ, ਤੇਰਾ ਤੁਝ ਕੇ ਸੌਂਪ ਕੇ ਕਿਆ ਲਾਗੇ ਮੇਰਾ। ਇਹ ਸੱਚੇ ਪਾਤਸ਼ਾਹ ਨੇ ਮੈਨੂੰ ਦਿੱਤੀਆਂ ਬਾਹਾਂ ਐਕਸਰਸਾਈਜ਼ ਕਰਨ ਲਈ, ਅਤੇ ਜੇ ਮੈਂ ਦੂਸਰਿਆਂ ਨੂੰ ਵਿਖਾਲ ਦਿੱਤੀ ਆ ਤੇ ਮੈਨੂੰ ਹੁਣ ਸਾਰੇ ਕਹਿੰਦੇ ਕਿ ਹਾਂ ਤੁਸੀਂ ਲੁੱਕ ਨਹੀਂ ਸਕਦੇ। ਅਤੇ ਉਹ ਗੁਰਬਾਣੀ ਦੇ ਜੋ ਲਿਖਿਆ ਵਾ ਗੁਰੂ ਜੀ ਨੇ, ਉਹ ਐਂਡ ਦੇ ਆ ਕੇ ਆਮ ਲੋਕਾਂ ਨੂੰ ਪਤਾ ਲੱਗ ਗਿਆ ਕਿ ਇਸ ਤਰ੍ਹਾਂ ਕਰਦਾ ਸੀ। ਪਰ ਜਿਹੜੇ ਮੈਨੂੰ ਜਾਣਦੇ ਸੀ ਉਹਨਾਂ ਨੂੰ ਪਤਾ ਸੀ ਕਿ ਮੈਂ ਕਿੰਨਾ ਫਿੱਟ ਹਾਂ, ਪਰ ਮੈਂ ਪਾਪੂਲੈਰਿਟੀ ਨਹੀਂ ਸੀ ਪਸੰਦ ਕਰਦਾ। ਪਰ ਜਿੱਥੇ ਚੈਰਿਟੀ ਦਾ ਕੰਮ ਆ ਜਾਂਦਾ ਉੱਥੇ ਫਿਰ ਮੈਂ ਨਾ ਨਹੀਂ ਕਰ ਸਕਦਾ ਜੀ। ਇਸ
ਬੇਟੇ ਉੱਥੋਂ ਸਕਿੱਪਿੰਗ ਸ਼ੁਰੂ ਹੋਈ। ਜੀ ਰਜਿੰਦਰ ਜੀ, ਤੁਸੀਂ ਚੈਰਿਟੀ ਦੀ ਗੱਲ ਕੀਤੀ ਹੈ ਐਂਡ ਤੁਸੀਂ ਬੇਟੀ ਦੀ ਗੱਲ, ਮੈਂ ਦੱਸਣਾ ਚਾਹੁੰਦੀ ਹਾਂ, ਮਨਰੀਤ ਕੌਰ ਤੁਹਾਡੀ ਬੇਟੀ ਸਾਡੇ ਨਾਲ ਇਸ ਪ੍ਰੋਗਰਾਮ ਦੇ ਵਿੱਚ ਪਹਿਲੇ ਵੀ ਜੁੜ ਚੁੱਕੀ ਹੈ। ਸ਼ੀ ਇਜ਼ ਅ ਜਰਨਲਿਸਟ, ਉਹ ਬਹੁਤ ਆਮ ਕਿਸਾਨਾਂ ਦੇ ਵੀ ਬਹੁਤ ਕਵਰੇਜ ਮਨਰੀਤ ਨੇ ਕੀਤੀ ਹੈ ਅਤੇ ਵੱਖ ਵੱਖ ਮੈਂ ਕਹਾਂਗੀ ਇਹੋ ਜਿਹੇ ਟੋਪਿਕਸ ਨੂੰ ਲੈ ਕੇ ਉਹ ਆਉਂਦੀ ਹੈ ਅੱਗੇ, ਜੋ ਖਾਸ ਕਰਕੇ ਜਦੋਂ ਜਨਾਨੀਆਂ ਦੀ ਗੱਲ ਆਉਂਦੀ ਹੈ ਸਾਡੀ ਕਮਿਊਨਿਟੀ ਦੇ ਵਿੱਚ ਉਨ ਚੀਜ਼ਾਂ ਦੀ ਗੱਲ ਜ਼ਿਆਦਾਤਰ ਨਹੀਂ ਹੁੰਦੀ, ਬਟ ਮਨਰੀਤ ਹਮੇਸ਼ਾ ਇਨ ਚੀਜ਼ਾਂ ਨੂੰ ਕਵਰ ਕਰਦੀ ਹੈ। ਸੋ ਆਮ ਸੋ ਗਲੈਡ ਕਿ ਤੁਸੀਂ ਸਾਡੇ ਨਾਲ ਥੋੜ੍ਹੀ ਜਿਹੀ ਉਹ ਬੈਕਗਰਾਊਂਡ ਸ਼ੇਅਰ ਕੀਤੀ। ਰਜਿੰਦਰ ਜੀ, ਪਿਛਲੇ ਸਾਲ ਕੋਵਿਡ ਦੇ ਵਿੱਚ ਇੱਕ ਵਾਰੀ ਇਹ ਚੀਜ਼ ਮਤਲਬ ਸ਼ੁਰੂ ਜੀ ਹੋ ਗਈ, ਯੂ ਨੋ ਬੇਟੀ ਨੇ ਤੁਹਾਨੂੰ ਥੋੜ੍ਹਾ ਜਿਹਾ ਇਹਦੇ ਵਿੱਚ ਪੁਸ਼ ਕੀਤਾ, ਤੁਸੀਂ ਅੱਗੇ ਇਹਨੂੰ ਲੈ ਕੇ ਗਏ, ਕਿੰਨੀ ਕੁ ਫੰਡ ਰੇਜ਼ਿੰਗ ਹੋਈ, ਕਿੱਦਾਂ ਉਸ ਫੰਡ ਰੇਜ਼ਿੰਗ ਦਾ ਕੰਮ ਫਿਰ ਤੁਸੀਂ ਅੱਗੇ ਲੈ ਕੇ ਗਏ? ਫੰਡ ਰੇਜ਼ਿੰਗ ਤੇ ਬੇਟੀ ਆ, ਮੈਨੂੰ ਪਤਾ ਨਹੀਂ ਇਹ ਕਿਸ ਤਰ੍ਹਾਂ ਕਰਦੀ ਆ, ਹਾਉ ਸ਼ੀ ਮੈਨੇਜ, ਪਰ ਇਹਨੇ 14,000 ਪਾਉਂਡ ਤੋਂ ਉੱਪਰ ਕੀਤਾ ਸੀ। ਤੇ ਹੁਣ ਅੱਗੇ ਮੈਂ ਫਿਰ ਫਿਊਚਰ ਦੇ ਵਿੱਚ ਮੈਨ ਕੈਪ ਜਿਹੜੀ ਚੈਰਿਟੀ, ਉਹਨੇ ਮੈਨੂੰ ਚੂਜ਼ ਕੀਤਾ ਕਿ ਸਾਡੇ ਵਾਸਤੇ ਮੈਰਾਥਨ ਅਕਤੂਬਰ ਦੇ ਵਿੱਚ ਲੰਡਨ ਮੈਰਾਥਨ ਕਰਨਾ, ਮੈਂ ਉਸ ਚੈਰਿਟੀ ਵਾਸਤੇ ਫੰਡ ਰੇਜ਼ ਕਰਨਾ। Wow. I remember ਪਿਛਲੇ ਸਾਲ ਜਦੋਂ ਇਹ ਚੀਜ਼ ਮਤਲਬ ਵੱਡੇ ਲੈਵਲ 'ਤੇ ਕਵਰੇਜ ਤੁਹਾਨੂੰ ਮਿਲ ਰਹੀ ਸੀ, ਜੋ UK ਦੀ ਨੈਸ਼ਨਲ ਹੈਲਥ ਸਰਵਿਸ ਹੈਗੀ, ਮਤਲਬ ਜੋ ਮੇਨ ਬਾਡੀ ਹੈਗੀ, ਉਹਨਾਂ ਲਈ ਤੁਸੀਂ ਫੰਡ ਰੇਜ਼ਿੰਗ ਕੀਤੀ ਸੀ। ਸੋ ਪਿਛਲੇ ਸਾਲ ਕੋਵਿਡ ਦਾ ਜੋ ਜਦੋਂ ਪਹਿਲੇ ਪਹਿਲੇ ਵੇਵ ਆਈ ਸੀ, ਸਾਰਿਆਂ ਨੂੰ ਆਈ ਥਿੰਕ ਇਸ ਚੀਜ਼ ਦਾ ਅੰਦਾਜ਼ਾ ਨਹੀਂ ਸੀਗਾ ਕਿ ਜੋ ਸਾਡੇ ਹੈਲਥ ਕੇਅਰ ਵਰਕਰਸ ਹੈਗੇ, ਸਾਡੇ ਫਰੰਟ ਲਾਈਨ, ਉਹਨਾਂ 'ਤੇ ਕਿੰਨਾ ਬੋਝ ਪੈ ਰਿਹਾ। ਅੱਜ ਦੀ ਡੇਟ ਦੇ ਵਿੱਚ ਇਸ ਚੀਜ਼ ਨੂੰ ਹਰ ਇੱਕ ਕੋਈ ਰੈਕਗਨਾਈਜ਼ ਕਰਦਾ, ਅਪਰੀਸ਼ੀਏਟ ਕਰਦਾ ਹੈ, ਆਪਾਂ ਬਹੁਤ ਧੰਨਵਾਦੀ ਹੈਗੇ ਸਾਡੇ ਸਾਰੇ ਹੈਲਥ ਕੇਅਰ ਵਰਕਰਸ ਦੇ। ਬਟ ਪਿਛਲੇ ਸਾਲ ਜਦੋਂ ਤੁਸੀਂ ਇਸ ਪਾਸੇ ਆਪਣਾ ਫੋਕਸ ਲਗਾਇਆ, ਉਹਦੇ ਨਾਲ ਕਿਸ ਤਰ੍ਹਾਂ ਦਾ ਤੁਹਾਨੂੰ ਫੀਡਬੈਕ ਮਿਲਿਆ ਕਮਿਊਨਿਟੀ ਦੇ ਵਿੱਚ? ਬਹੁਤ ਫੀਡਬੈਕ ਸੋਹਣਾ ਮਿਲਿਆ, ਜੋ ਵੀ ਹੈਗੇ ਜਿੰਨੇ ਕੋਈ 5 ਪੈਸੇ 10 ਪੈਸੇ ਪੈਣੀਆਂ, ਪਾਉਂਡ 2 ਪਾਉਂਡ, ਜਿੰਨੇ ਵੀ ਵਰਲਡ ਵਾਈਡ, ਸਪੈਸ਼ਲੀ ਨਹੀਂ ਕਿ UK 'ਚ, ਵਰਲਡ ਵਾਈਡ ਬਹੁਤ ਲੋਕ ਰਿਸਪੋਂਸ ਹੋਏ ਅਤੇ ਉਹਨਾਂ ਨੇ ਬਹੁਤ NHS ਦੀ ਹੈਲਪ ਕੀਤੀ, ਜੋ ਕਿ ਕਮੂਲੀ ਜਿਹਾ ਲੋਕਾਂ ਨੇ ਬਹੁਤ ਬਹੁਤ ਕੁਆਟਰ ਕੁਆਟਰ ਮਿਲਿੰਗ ਕੀਤਾ। ਪਰ ਜਿੰਨਾ ਮੇਰੇ ਕੋਲ ਹੋਇਆ, ਮੈਂ ਤਾਂ ਇੱਕ ਚਿੜੀ ਵਾਂਗੂ ਚਿੜੀ ਦਾ ਪਾਣੀ ਲਿਆਉਂਦੀ ਆ, ਉਹਦੇ ਨਾਲ ਕੀ ਬਣ ਸਕਦਾ, ਤੁਸੀਂ ਉਹਦੇ ਨਾਲ ਖੇਤ 'ਤੇ ਭਰ ਨਹੀਂ ਸਕਦੇ ਪਾਣੀ ਦੇ ਨਾਲ, ਪਰ ਉਹ ਚਿੜੀ ਨੇ ਆਪਣਾ ਹਿੱਸਾ ਪਾਇਆ। ਮੈਂ ਤੇ ਚਿੜੀ ਤੋਂ ਵੀ ਛੋਟਾ ਹਾਂ, ਜਿੰਨੀ ਮੇਰੇ ਕੋਲ ਹੋ ਸਕੀ ਹੈ ਮੈਂ ਕੀਤੀ ਕਰਦਾ ਰਹੂੰਗਾ। ਬਿਲਕੁਲ ਨਹੀਂ ਰਜਿੰਦਰ ਜੀ, ਬਿਲਕੁਲ ਨਹੀਂ। ਆਈ ਥਿੰਕ ਤੁਸੀਂ ਬਹੁਤ ਹੰਬਲ, ਤੁਸੀਂ ਬਹੁਤ ਮੋਡੈਸਟ ਹੈਗੇ ਇਸ ਚੀਜ਼ ਨੂੰ ਲੈ ਕੇ, ਨਾ ਕਿ ਸਿਰਫ ਤੁਸੀਂ ਇੰਨਾ ਸਿਗਨੀਫਿਕੈਂਟ ਅਮਾਊਂਟ ਪੈਸਾ ਇਕੱਠਾ ਕੀਤਾ, ਬਟ ਉਹਨਾਂ ਨੂੰ ਦਿੱਤਾ ਜਿਨ੍ਹਾਂ ਦੇ ਬਾਰੇ ਹਰੇਕ ਕੋਈ ਗੱਲ ਹਰੇਕ ਕੋਈ ਕਰਦਾ ਹੈ, ਬਟ ਯੂ ਨੋ ਜਦੋਂ ਐਕਚੁਅਲੀ ਐਕਸ਼ਨ ਦੀ ਗੱਲ ਆਉਂਦੀ ਹੈ ਉੱਥੇ ਲੋਕ ਮਾੜਾ ਜਿਹਾ ਪਿੱਛੇ ਹਟ ਜਾਂਦੇ ਆ। ਬਟ ਤੁਸੀਂ ਨਾ ਕਿ ਸਿਰਫ ਉਹਨਾਂ ਦੀ ਹੈਲਪ ਕੀਤੀ, ਬਟ ਫਿਟਨੈਸ ਨੂੰ ਇੰਨਾ ਪ੍ਰਮੋਟ ਕੀਤਾ, ਉਹ ਵੀ ਸਾਡੇ ਬਜ਼ੁਰਗਾਂ ਦੇ ਵਿੱਚ। ਇਟਸ ਸੋ ਗੁੱਡ ਟੂ ਸੀ ਦਿਸ। ਬਟ ਅੰਕਲ, ਤੁਹਾਡੀ ਇਹ ਜੋ ਜਰਨੀ ਹੈਗੀ, ਤੁਹਾਡਾ ਜੋ ਇਹ ਸਫ਼ਰ ਰਿਹਾ, ਸਿਰਫ ਇੱਥੇ ਤੱਕ ਨਹੀਂ ਸੀਗਾ। ਰੀਸੈਂਟਲੀ ਤੁਸੀਂ ਹੋਰ, ਮੈਂ ਕਹਾਂਗੀ ਜਦੋਂ ਨਾਮ ਰੌਸ਼ਨ ਕਰਨ ਦੀ ਗੱਲ ਆਉਂਦੀ ਹੈ, ਬਹੁਤ ਵੱਡੀ 2-3 ਚੀਜ਼ਾਂ ਹੋਈਆਂ ਜਿਹਦੇ ਵਿੱਚ ਤੁਸੀਂ ਸਿੱਖਾਂ ਦਾ, ਤੁਸੀਂ ਜੋ ਦਸਤਾਰ ਦੀ ਸ਼ਾਨ ਹੈਗੀ ਉਹਦਾ ਨਾਂ ਰੌਸ਼ਨ ਕੀਤਾ। ਸੋ ਇਹਦੇ ਬਾਰੇ ਮੈਂ ਗੱਲ ਕਰਨਾ ਚਾਹੁੰਦੀ। ਇੱਥੇ ਇੱਕ ਛੋਟੀ ਜਿਹੀ ਬ੍ਰੇਕ ਲਈ ਰੁਕਦੇ ਹਾਂ। ਰਜਿੰਦਰ ਸਿੰਘ ਜੀ, ਪਲੀਜ਼ ਇਸ ਤਰ੍ਹਾਂ ਸਾਡੇ ਨਾਲ ਜੁੜੇ ਰਹੋ। ਵਿਊਅਰਸ, ਤੁਸੀਂ ਵੀ ਜੁੜੇ ਰਹੋ, ਗੱਲ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਤੁਸੀਂ ਵੇਖ ਰਹੇ ਹੋ ਪ੍ਰੋਗਰਾਮ ਅੱਜ ਦਾ ਮੁੱਦਾ, ਅਤੇ ਗੱਲ ਹੋ ਰਹੀ ਹੈ ਇੱਕ ਇਹੋ ਜਿਹੀ ਸਟੋਰੀ ਦੀ, ਇੱਕ ਇਹੋ ਜਿਹੇ ਇਨਸਾਨ ਦੀ ਜੋ ਕਿ ਸਾਡੇ ਨਾਲ ਨਾ ਕਿ ਸਿਰਫ ਮੈਂ ਕਹਾਂਗੀ ਗੁੱਡ ਨਿਊਜ਼ ਲੈ ਕੇ ਹਾਜ਼ਰ ਹੋਇਆ ਹੈ, ਬਟ ਇੱਕ ਇੰਸਪੀਰੇਸ਼ਨ ਦੇ ਤੌਰ 'ਤੇ ਸਿੱਖੀ ਦਾ ਨਾਂ ਉੱਚਾ ਕਰ ਰਿਹਾ ਹੈ। ਇੱਕ ਵਾਰੀ ਫਿਰ ਮੈਂ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ ਰਜਿੰਦਰ ਸਿੰਘ ਜੀ ਨੂੰ। ਰਜਿੰਦਰ ਸਿੰਘ ਜੀ, ਤੁਹਾਨੂੰ UK ਦੇ ਵਿੱਚ ਜਾਂ ਮੈਂ ਕਹਾਂਗੀ ਦੁਨੀਆ ਭਰ ਦੇ ਵਿੱਚ ਸਕਿੱਪਿੰਗ ਸਿੱਖ ਦੇ ਨਾਲ ਜਾਣਿਆ ਜਾਂਦਾ ਹੈ, ਤੁਹਾਨੂੰ ਅੱਜ ਦੀ ਡੇਟ ਵਿੱਚ ਕੌਣ ਨਹੀਂ ਜਾਣਦਾ, ਮੈਂ ਤਾਂ ਇਹ ਵੀ ਕਹਾਂਗੀ ਦਿਲਜੀਤ ਦੋਸਾਂਝ ਵੀ ਤੁਹਾਡੀ ਪ੍ਰੇਜ਼ ਦੇ ਵਿੱਚ ਸੋਸ਼ਲ ਮੀਡੀਆ 'ਤੇ ਵੱਖ ਵੱਖ ਚੀਜ਼ਾਂ ਉਹਨੇ ਲਿਖੀਆਂ। ਬਟ ਯੂ ਨੋ ਤੁਸੀਂ UK ਦੇ ਵਿੱਚ ਵੱਸਦੇ ਹੋ ਅਤੇ ਉੱਥੇ ਜੋ ਰੋਇਲ ਫੈਮਿਲੀ ਦਾ ਇਨਫਲੂਐਂਸ ਹੈ, ਆਈ ਮੀਨ ਆਈ ਡੋਂਟ ਥਿੰਕ ਕਲਚਰਲੀ ਇੱਥੇ ਨੌਰਥ ਅਮੈਰੀਕਾ ਦੇ ਵਿੱਚ ਉਹ ਚੀਜ਼ ਦਾ ਸਾਨੂੰ ਅੰਦਾਜ਼ਾ ਹੈ ਕਿ ਕਿੰਨਾ ਕੁ ਵੱਡਾ ਰੋਇਲ ਫੈਮਿਲੀ ਦਾ ਇਨਫਲੂਐਂਸ UK ਦੇ ਵਿੱਚ ਪ੍ਰਭਾਵਿਤ ਹੈਗੇ ਉੱਥੇ ਦੀ ਕਮਿਊਨਿਟੀ 'ਤੇ। ਐਂਡ ਰੋਇਲ ਫੈਮਿਲੀ ਨੇ ਤੁਹਾਨੂੰ ਆਨਰ ਕੀਤਾ ਇੱਕ ਬਹੁਤ ਹੀ ਵੱਡੇ ਲੈਵਲ 'ਤੇ,
So, you know, for us, ਜਿਨ੍ਹਾਂ ਨੂੰ ਨਹੀਂ ਪਤਾ ਕਿ ਇਹ ਚੀਜ਼ ਕੀ ਹੁੰਦੀ ਹੈ, ਇਹਦਾ ਕੀ ਮਾਇਨਾ ਹੈ, ਪਲੀਜ਼ ਟੈਲ ਅਸ, ਹਾਊ ਡਿਡ ਦੇ ਆਨਰ ਯੂ? ਇਹ ਬੇਟੇ ਜਿਸ ਤਰ੍ਹਾਂ ਅਸੀਂ ਆਪਣੇ ਇੰਡੀਆ ਦੇ ਵਿੱਚ, ਭਾਰਤ ਦੇਸ਼ ਦੇ ਵਿੱਚ ਕਰਦੇ ਕੋਈ ਚੰਗਾ ਕੰਮ ਕਰਦਾ ਉਹਨੂੰ ਸ਼ਾਬਾਸ਼ ਦਿੱਤੀ ਜਾਂਦੀ ਹੈ, ਉਹਨੂੰ ਫਿਰ ਸਰਟੀਫਿਕੇਟ ਦਿੱਤੇ ਜਾਂਦੇ ਆ, ਕਈਆਂ ਨੂੰ ਗੋਲਡ ਦੇ ਮੈਡਲ ਦਿੱਤੇ ਜਾਂਦੇ, ਕਈਆਂ ਨੂੰ ਕੁਛ ਟਰੋਫੀਆਂ ਦਿੱਤੀਆਂ ਜਾਂਦੀਆਂ। ਪਰ ਮੇਰੇ ਤਾਂ ਇਹੀ ਸੀ ਕਿ ਮੈਨੂੰ ਤਾਂ ਬਲੈਸਿੰਗ ਬਹੁਤ ਹੈ ਪਰਮਾਤਮਾ ਸੱਚੇ ਪਾਤਸ਼ਾਹ ਤੁਹਾਡੇ ਵਰਗੇ ਬੱਚਿਆਂ ਦੀ, ਵਰਲਡ ਵਾਈਡ ਬੁੱਢੇ ਜਵਾਨ ਸਾਰਿਆਂ ਨੇ, ਮੈਂ ਇਹਦਾ ਕੋਈ ਦੇਣ ਨਹੀਂ ਦੇ ਸਕਦਾ। ਤਾਂ ਕਿ ਮੈਂ ਕਹਿੰਦਾ ਕਿ ਮੈਂ ਇੰਨਾ ਵਰਥ ਨਹੀਂ ਸੀ, ਪਰ ਇੰਨਾ ਟੂ ਮੱਚ ਜਿਹੜਾ ਕਰਨਾ ਨਾ, ਮੈਨੂੰ ਕਈ ਵਾਰ ਆਪਣੇ ਆਪ 'ਚ ਆਉਂਦੀ ਕਿ ਮਾੜਿਆ ਤੋਂ ਮੈਂ ਮਾੜਾ ਬੰਦਾ ਵਾਂ, ਪਰ ਜੋ ਅਪਰੇਜ਼ਲ ਲੋਕ ਵਰਲਡ ਵਾਈਡ ਕਰ ਰਹੇ ਆ ਨਾ, ਇਹ ਸੱਚੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਜਾਂ ਜੀਸ ਜਾਂ ਅੱਲਾ ਜਾਂ ਗੋਡ ਜਾਂ ਜੋ ਵੀ ਆ, ਉਹਨਾਂ ਦੀਆਂ ਕਿਸੇ ਦੀਆਂ ਆਸ਼ੀਰਵਾਦਾਂ ਵਾਂ। ਤਾਂ ਕਿ ਮੇਰਾ ਰੀਅਲੀ ਆਲਵੇਜ਼ ਮੇਰਾ ਇਹ ਸੀ ਕਿ ਕਿਸੇ ਨੂੰ ਹੈਲਪ ਚਾਹੀਦੀ ਆ, ਚੈਰਿਟੀ ਦੇ ਵਾਸਤੇ ਜਿਹੜਾ ਕੰਮ ਕਰਨਾ ਨਾ, ਉਹਦੇ ਵਿੱਚ ਮੈਂ ਪਿੱਛੇ ਨਹੀਂ ਹਟਦਾ, ਚਾਹੇ ਮੈਨੂੰ ਲਾਈਫ ਮੇਰੀ ਠੀਕ ਹੈ ਜਾਂ ਗਲਤ ਆ, ਚੈਰਿਟੀ ਵਾਸਤੇ। ਉਹਦੇ ਵਿੱਚ ਉਹਨਾਂ ਨੇ ਫਿਰ ਪਿੱਕ ਕੀਤਾ ਕਿ ਇਸ ਸਿੱਖ ਨੇ ਕੁਛ ਕੀਤਾ ਵਾ, ਜਿੱਥੋਂ ਤੱਕ ਕਿ ਮੈਂ ਸਿੱਖਾਂ ਵਾਸਤੇ ਨਹੀਂ ਕੀਤਾ, ਠੀਕ ਹੈ ਮੈਂ ਪੱਗ ਬੰਨਦਾ, ਅੰਮ੍ਰਿਤਧਾਰੀ ਹਾਂ, ਸਭ ਕੁਛ ਹੈ, ਪਰ ਮੈਂ ਵਰਲਡ ਵਾਈਡ ਵਿੱਚ ਲੋਕ ਜਿਹੜੇ ਰਹਿੰਦੇ ਆ, ਜਿਹੜੇ ਸਿੱਖ ਨਹੀਂ ਵੀ ਧਰਮ ਨੂੰ ਨਹੀਂ ਮੰਨਦੇ, ਉਹਨਾਂ ਨੂੰ ਇਹ ਪਤਾ ਕਿ ਦੂਜੇ ਦੀ ਮਦਦ ਕਰਨ ਜਿਹੜੀ, ਉਹਦਾ ਰਿਵਾਰਡ ਜਿਹੜਾ ਵਾ ਬਹੁਤ ਵੱਡਾ ਪਰਮਾਤਮਾ ਦਿੰਦਾ। ਸੋ ਇਹ ਜਿਹੜੀ ਸਾਰੀ ਬੱਚਿਆਂ ਛੋਟਿਆਂ ਤੋਂ ਵੱਡਿਆਂ ਤੱਕ ਜਿਹੜੀ ਆਸ਼ੀਰਵਾਦ ਆ ਨਾ, ਮੇਰੇ ਵਾਸਤੇ ਉਹ ਸਭ ਤੋਂ ਪ੍ਰਾਈਸਲੈਸ ਆ। ਹੁਣ ਆ ਜਿਹੜਾ MBE ਉੱਥੇ ਸੱਦਣਾ, ਉੱਥੇ ਸਪੈਸ਼ਲ ਲੋਕ ਸੱਦੇ ਜਾਂਦੇ ਜਿਨ੍ਹਾਂ ਨੇ ਕੁਛ ਕਮਿਊਨਿਟੀ ਵਾਸਤੇ, ਕੁਛ ਵਰਲਡ ਦੇ ਵਿੱਚ ਚੰਗਾ ਕੰਮ ਕੀਤਾ, ਕੁਛ ਭਲਾ ਕਰਦੇ ਆ, ਆਪਣੇ ਆਪ ਨੂੰ ਇਮਾਨਦਾਰੀ 'ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ, ਉਹਨਾਂ ਵਾਸਤੇ ਆ। ਪਰ ਜੇ ਤੁਸੀਂ ਇਹ ਮੈਡਲ ਪਾ ਕੇ ਅਤੇ ਫਿਰ ਹੇਰਾਫੇਰੀਆਂ ਕਰਨੀਆਂ, ਫਿਰ ਇਹ ਮੈਡਲ ਜਿਹੜਾ ਉਹਨਾਂ ਤੋਂ ਵਾਪਸ ਵੀ ਲਿਆ ਜਾਂਦਾ, ਉਹਨਾਂ ਨੂੰ ਕਹਿ ਦਿੰਦੇ ਆ ਉਹ, ਜਾਂ ਕਈ ਜਣਾਂ ਪਤਾ ਗਲਤੀ ਕੀਤੀ ਆਪਣੇ ਵਾਪਸ ਵੀ ਕਰ ਦਿੰਦੇ ਆ ਕਿ ਮੈਂ ਤਾਂ ਇਹੋ ਹਾਂ ਕਿ ਆਸ਼ੀਰਵਾਦ ਮੈਨੂੰ ਦਿੱਤੀ ਬੱਚਿਆਂ ਨੇ, ਵੱਡਿਆਂ ਨੇ, ਛੋਟਿਆਂ ਨੇ ਅਤੇ ਪਰਮਾਤਮਾ ਨੇ ਸੱਚੇ ਪਾਤਸ਼ਾਹ, ਆਪੇ ਮੇਰੇ ਕੋਲ ਕੋਈ ਗਲਤ ਕੰਮ ਨਾ ਹੋਵੇ ਮਰਨ ਤੱਕ, ਜਿੰਨੀ ਸੇਵਾ ਲੋਕਾਂ ਦੀ ਆ ਮੈਂ ਚੈਰਿਟੀ ਲਈ ਕਰ ਸਕਾਂ। ਉਹ ਦਸਾਂ ਜੋ ਆ ਬੱਚਾ ਉਹਦਾ, ਕਿਉਂਕਿ ਮੈਂ ਇੰਨਾ ਸ਼ੌਕੀਨ ਨਹੀਂ ਗਾ ਗਾਣੇ ਸੁਣਦਾ, ਹੁਣ ਮੈਂ ਬਾਣੀ ਸੁਣਦਾ ਜੀ, ਪਰ ਜੋ ਉਹਦੇ ਪ੍ਰਿੰਸੀਪਲ ਆ ਮੁੰਡੇ ਦੇ, ਬਹੁਤ ਸੋਹਣੇ, ਸੱਚੇ ਪਾਤਸ਼ਾਹ 'ਤੇ ਕਿਰਪਾ ਕਰੇ। ਮੈਂ ਅੱਗੇ ਤਾਂ ਉਹਦੇ ਨਾਲ ਮੇਲੇ ਨਹੀਂ ਹੋਏ, ਜਦੋਂ ਕਦੋਂ ਆਊਗਾ ਅਤੇ ਮੇਰੇ ਉਹ ਗ੍ਰੈਂਡ ਚਿਲਡਰਨ ਵਰਗਾ, ਤੁਸੀਂ ਸਾਰੇ ਗ੍ਰੈਂਡ ਚਿਲਡਰਨ ਵਰਗੇ ਦੇ ਬੱਚੇ ਸੀ ਸਾਡੇ, ਤੁਹਾਡੇ ਵਾਸਤੇ ਮਿਸਾਲ ਸ਼ੁਰੂ ਕਰ ਰਿਹਾ। ਜਿਹੜੇ ਬਜ਼ੁਰਗ ਆ ਅਸੀਂ, ਹੁਣ ਬਜ਼ੁਰਗਾਂ ਨੂੰ ਜਿਸ ਤਰ੍ਹਾਂ ਕਹਿ ਦਿੰਦੇ ਆ ਕਿ ਇਹਨਾਂ ਨੂੰ ਆਹ ਪ੍ਰੋਬਲਮ ਆ, ਪਰ ਅਸੀਂ ਉਹ ਹਾਂ ਕਿ ਜਿਨ੍ਹਾਂ ਨੇ ਨਿਊਜ਼ ਪੇਪਰ ਦੇ ਇੰਕ ਦੇ ਨਾਲ ਚਿਪਸ ਖਾਂਦੇ ਰਹੇ ਹਾਂ, ਅਸੀਂ ਤਾਂ ਠੀਕ ਠਾਕ ਚੱਲ ਰਹੇ ਹਾਂ। ਹੁਣ ਕਈ ਚੀਜ਼ਾਂ ਬੱਚਿਆਂ ਨੂੰ ਗਲਤ ਦੱਸੀਆਂ ਜਾਂਦੀਆਂ, ਆਹ ਨਾ ਕਰੋ, ਆਹ ਨਾ ਕਰੋ, ਨਹੀਂ, ਐਕਸਰਸਾਈਜ਼, ਰੱਬ ਦਾ ਨਾਂ ਲੈਣਾ, ਮਦਦ ਕਰਨੀ ਦੂਸਰਿਆਂ ਦੀ, ਇਹ ਸਭ ਤੋਂ ਵੱਡੀ ਦਵਾਈ ਹੈ, ਸਭ ਤੋਂ ਓਨੈਸਟ ਚੀਜ਼ ਹੈ। ਰਾਦਰ ਕੇ ਡਰੱਗ ਲਓ ਜਾਂ ਗਲਤ ਚੀਜ਼ਾਂ ਖਾਓ ਜਾਂ ਗਲਤ ਕੰਮ ਕਰੋ, ਅੱਗੇ ਪਰਮਾਤਮਾ, ਅੱਗੇ ਆਸ਼ੀਰਵਾਦਾਂ ਜਿਹੜੀਆਂ ਸਭ ਤੋਂ ਵੱਡੀਆਂ। ਹੋਰ MBE ਇਹੀ ਆ ਕਿ ਪਿੱਕ ਕੀਤੇ ਜਾਂਦੇ ਕੁਛ ਲੋਕ ਵਰਲਡ ਵਾਈਡ ਜਾਂ UK ਤੋਂ ਜਾਂ ਬਾਹਰੋਂ ਕਿ ਇਹਨਾਂ ਨੇ ਕੁਛ ਦੁਨੀਆਂ ਦੇ ਵਿੱਚ ਕੀਤਾ ਵਾ। ਇਹ ਮੀਨਿੰਗ ਇਹਦਾ ਵਾ ਕਿ ਇਹ ਬੜੀ ਵੱਡੀ ਫਖਰ ਵਾਲੀ ਗੱਲ ਆ, ਜਿੱਦਾਂ ਪ੍ਰਾਊਡ ਆ ਕਿ ਪ੍ਰਿੰਸ ਚਾਰਲਸ ਨੇ, ਉਹ ਵੀ 1 ਅਕਤੂਬਰ ਦਾ ਬੋਰਨ ਹੈ, ਮੰਮੀ 1 ਅਕਤੂਬਰ ਦਾ ਬੋਰਨ ਹੈ, ਪਰ ਮੇਰੇ ਤੋਂ ਯੰਗ ਆ। ਉਹ ਜਿਹੜੇ ਕਮਾਂਡਰ ਵੀ ਸੀ ਉਹਦੇ ਨਾਲ, ਉਹ ਵੀ ਬਹੁਤ ਮੈਨੂੰ ਉਹਨਾਂ ਨੇ ਵਾਰਮ ਵੈਲਕਮ ਕੀਤਾ, ਅਤੇ ਮੈਂ ਸਾਰੀ ਵਰਲਡ ਦਾ ਬੜਾ ਧੰਨਵਾਦ ਕਰਦਾ, ਬਹੁਤ ਥੈਂਕ ਯੂ ਕਰਦਾ ਉਸ ਪਰਮਾਤਮਾ ਦਾ, ਅੱਲਾਹ ਦਾ, ਦਾਤੇ ਦਾ, ਗੁਰੂ ਨਾਨਕ ਦੇਵ ਜੀ। ਅੰਕਲ ਰਜਿੰਦਰ ਜੀ, ਇਸ ਪਿਕਚਰ ਦੇ ਵਿੱਚ ਮੈਂ ਚਾਹਾਂਗੀ, ਜੋ ਇਹ ਵਾਲੀ ਪਿਕਚਰ ਹੈਗੀ ਜਿਹਦੇ ਵਿੱਚ ਮਨਰੀਤ ਤੁਹਾਡੀ ਬੇਟੀ ਤੁਹਾਡੇ ਨਾਲ ਖੜ ਕੇ ਅਵਾਰਡ ਲੈ ਰਹੀ ਹੈ, ਪ੍ਰਿੰਸ ਚਾਰਲਸ UK ਦੇ ਰੋਇਲ ਫੈਮਿਲੀ ਦੇ ਮੈਂਬਰ, ਉਹਨਾਂ ਨੇ ਆਪ ਇਹ ਅਵਾਰਡ ਤੁਹਾਨੂੰ ਦਿੱਤਾ। ਇਹਦੇ ਵਿੱਚ ਮੈਂ ਇੱਕ ਚੀਜ਼ ਤੁਹਾਡੇ ਤੋਂ ਪੁੱਛਣਾ ਚਾਹੁੰਦੀ ਹਾਂ, ਤੁਹਾਡਾ ਬਾਣਾ ਇੰਨਾ ਸਾਦਾ, ਤੁਸੀਂ ਉੱਥੇ ਪਹਿਰਾਵ ਪਾ ਕੇ ਗਏ, ਇਹਦੇ ਵਿੱਚ ਕੀ ਸੋਚ ਸੀਗੀ? ਬਿਕੋਜ਼ ਯੂ ਨੋ ਵਨਸ ਅਗੈਨ, ਨੋਰਮਲੀ ਇੱਦਾਂ ਦੀ ਸਿਚੁਏਸ਼ਨ ਦੇ ਵਿੱਚ ਬੰਦਾ ਪੂਰੀ ਟੌਰ ਸੂਟ ਬੂਟ ਪਾ ਕੇ ਜਾਂਦਾ, ਪਰ ਤੁਸੀਂ ਬਿਲਕੁਲ ਜਿੱਦਾਂ ਸਿੰਪਲ ਬਾਣੇ ਦੇ ਵਿੱਚ ਗਏ, ਅਤੇ ਇਹਦੇ ਪਿੱਛੇ ਕੀ ਤੁਹਾਡੀ ਸੋਚ ਸੀਗੀ? ਇਹ ਬੇਟੇ ਇਹਦੀ, ਇਹ ਮੇਰੀ ਸੋਚ ਨਹੀਂ, ਇਹ ਮੇਰੀ, ਜਿਹਨੂੰ ਮੈਂ ਜਿਹਦੇ ਪੱਤਰੇ ਝੂਠ ਬੋਲ ਕੇ ਪਾਠ ਕਰਦਾ, ਛੇਤੀ ਛੇਤੀ ਪਾਠ ਕਰਦਾ,
ਇਹ ਉਹਦੀ ਕਿਰਪਾ ਵਾ। ਉਹਨੇ ਮੈਨੂੰ ਕਿਹਾ ਸੀ ਕਿ ਤੂੰ ਇੰਨੇ ਸਾਲ ਯੂਨੀਫਾਰਮ ਪਾਉਂਦਾ ਰਿਹਾ, ਮਹਿੰਗੇ ਮਹਿੰਗੇ ਅਜੇ ਵੀ ਮੇਰੇ ਸੂਟ ਪਏ ਆ। ਬੇਟੀ ਮੈਨੂੰ ਕਹਿੰਦੇ ਕਿ ਤੁਹਾਨੂੰ ਡੈਡ ਸੂਟ ਪਾਉਣਾ ਪੈਣਾ। ਮੈਂ ਮਨ 'ਚ ਕਹੀ ਜਾਵਾਂ। ਅੰਤ ਨੂੰ ਇਹਨੇ ਫਿਰ ਪੁੱਛਿਆ, ਨਹੀਂ ਕਹਿ ਡੈਡ ਤੁਸੀਂ ਨੋਰਮਲ ਕੱਪੜੇ ਚਿੱਟੇ ਪਾ ਸਕਦੇ ਪਰ ਸ਼ੂ ਕਾਲੇ ਪਾਉਣੇ ਪੈਣੇ। ਮੈਂ ਉਹਦਾ ਸ਼ੁਕਰ ਕੀਤਾ। ਜਦੋਂ ਮੈਨੂੰ ਕਿਹਾ ਸੀ ਕਿ ਸੂਟ ਪਾਉਣਾ ਪੈਣਾ, ਮੈਂ ਮਨ ਦੇ ਵਿੱਚ ਅਰਦਾਸ ਕਰਦਾ ਸੀ ਕਿ ਮੈਂ ਚਾਹੁੰਦਾ ਨਹੀਂ ਹੁਣ ਸੂਟ ਪਾਵਾਂ, ਹੁਣ ਮੈਂ ਸੂਟ ਛੱਡ ਦਿੱਤੇ ਆ ਅਤੇ ਸੂਟ ਮੈਂ ਪਾਉਣੇ ਨਹੀਂ ਚਾਹੁੰਦਾ। ਉਹੀ ਗੱਲ ਹੋਈ ਕਿ ਮੈਨੂੰ ਕਹਿੰਦੀ ਕਿ ਡੈਡ ਤੁਸੀਂ ਆਪਣਾ ਚਿੱਟਾ ਸੂਟ ਜਿਹੜਾ ਪਾਉਂਦੇ ਜੇ ਪਾ ਸਕਦੇ ਜੇ। ਦੂਜੇ ਬੰਨੇ ਮੈਂ ਇਹ ਵੀ ਇੱਥੇ ਵੇਖਿਆ ਸੀ ਕਿ ਇਹਨਾਂ ਸੂਟਾਂ ਦੇ ਵਿੱਚ ਜਦੋਂ ਬਾਹਰ ਜਾਂਦੇ ਸਾਨੂੰ ਕਹਿੰਦੇ ਨਾਈਟ ਸੂਟ 'ਚ ਆ ਨਹੀਂ ਸਕਦੇ। ਇੰਗਲੈਂਡ ਦੀਆਂ ਗੱਲਾਂ ਜਿਹੜੀਆਂ ਮੈਂ ਵੇਖੀਆਂ, ਪਰ ਇਹੋ ਪ੍ਰੂਵ ਕੀਤਾ ਕਿ ਸਾਡਾ ਟ੍ਰੈਡੀਸ਼ਨ ਆ। ਮੈਂ ਹਿੰਦੁਸਤਾਨ ਜਾਂ ਭਾਰਤ ਜਾਂ ਇੰਡੀਆ ਕੁਛ ਨਹੀਂ, ਕਾਮਨ ਨੇਮ ਆ ਕਿ ਸਾਡਾ ਮਹਾਂਭਾਰਤ ਹੈ ਜਿੱਥੇ ਅਸੀਂ ਪੈਦਾ ਹੋਏ ਹਾਂ, ਇਸ ਕੰਟਰੀ ਨੂੰ ਅਸੀਂ ਅਡੋਪਟ ਕਰ ਲਿਆ। ਹੁਣ ਬ੍ਰੈਡ ਐਂਡ ਬਟਰ ਇੱਥੇ ਸਾਨੂੰ ਮਿਲ ਰਹੀ ਆ ਜੀ, ਉਹਦਾ ਮੈਂ ਬਹੁਤ ਫੇਥਫੁੱਲ ਹਾਂ। ਜਿੱਥੇ ਬੋਰਨ ਹੋਏ ਹਾਂ ਇੱਥੇ ਮੈਂ ਇਹਨਾਂ ਦਾ ਬਹੁਤ ਫੇਥਫੁੱਲ ਹਾਂ। ਜੋ ਤੁਹਾਨੂੰ ਸਮਝਦੇ ਆ ਸਪੋਰਟਸ ਦੀ ਬਹੁਤ ਹੈਲਪ ਕਰਦੇ, ਚੈਰਿਟੀ ਦੀ ਬਹੁਤ ਹੈਲਪ ਕਰਦੇ ਆ, ਹੇਰਾ ਫੇਰੀ ਦਾ ਬਹੁਤ ਕੰਟਰੋਲ ਆ ਜੀ। ਇਸ ਕਰਕੇ ਮੈਨੂੰ ਬਹੁਤ ਫਖਰ ਆ ਕਿ ਇਹ ਚੀਜ਼ਾਂ ਕਰਨ ਦਾ। ਪ੍ਰਿੰਸ ਚਾਰਲਸ ਨੇ ਜੋ ਮੈਨੂੰ ਵਾਰਮ ਵੈਲਕਮ ਕੀਤਾ, ਉਹਨੇ ਕੁਛ ਵਰਡ ਕਹੇ ਜਿਹੜੇ ਮੈਨੂੰ ਚੇਤੇ ਨਹੀਂ, ਪਰ ਉਹਦੇ ਫੇਸ ਤੋਂ ਜਿਹੜੇ ਕਮਾਂਡਰ ਨਾਲ ਸਾਈਡ 'ਤੇ ਖੜ੍ਹੇ ਸੀ ਉਹਨਾਂ ਦੀ ਸਮਾਈਲ ਮੈਨੂੰ ਬਹੁਤ ਚੰਗੀ ਲੱਗੀ। ਔਰ ਬਾਅਦ ਦੇ ਵਿੱਚ ਉਹਨਾਂ ਨੇ ਮੇਰੇ ਨਾਲ ਗੱਲਾਂ ਵੀ ਕੀਤੀਆਂ, ਬਹੁਤ ਉਹਨਾਂ ਟਾਈਮ ਸਪੈਂਡ ਕੀਤਾ। ਸੋ ਮੈਂ ਵੈਰੀ ਪਲੀਜ਼। ਔਰ ਜਿਹੜਾ ਡਿਊਕ ਆ, ਕਾਫੀ ਪਾਪੂਲਰ ਕੁਈਨ ਦਾ ਕਜ਼ਨ, ਉਹਨੇ ਮੇਰੀ ਇੰਨੀ ਰਿਸਪੈਕਟ ਕੀਤੀ ਕਿ ਮੈਂ ਕੁਛ ਕਹਿ ਨਹੀਂ ਸਕਦਾ ਮਾਮੂਲੀ ਜਿਹੇ ਬੰਦੇ ਦੀ, ਸਿੰਪਲ ਬੰਦੇ ਦੀ। ਪਰ ਸਿੰਪਲੀਸਿਟੀ ਇਹੀ ਆ ਕਿ ਤੁਸੀਂ ਇਹ ਨਾ ਕਹੋ ਕਿ ਮੈਂ ਸਿੰਪਲ ਬਾਹਰੋਂ ਹੀ ਹਾਂ, ਅੰਦਰੋਂ ਜੇ ਤੁਸੀਂ ਸਿੰਪਲ ਬਣ ਜਾਓ ਤਾਂ ਫਿਰ ਪਰਮਾਤਮਾ ਤੁਹਾਡੀ ਆਸਾਂ ਪੂਰੀਆਂ ਕਰਨ ਦਾ ਬਿਲ ਬਿਨ ਬੋਲਣ ਤੋਂ ਹੀ। ਹਾਂਜੀ, ਇਹਦੇ ਵਿੱਚ ਆ ਵੀ ਅੰਕਲ ਕਿੰਨਾ ਵੱਡਾ ਤੁਸੀਂ ਮੈਸੇਜ ਆਪਣੇ ਸਿੰਪਲ ਜੇ ਇਸ ਬਾਣੇ ਦੇ ਨਾਲ ਪੂਰੀ ਦੁਨੀਆ ਨੂੰ ਦੇ ਤਾ। ਮੈਂ ਤਾਂ ਆਈ ਐਮ ਸਪੀਚਲੈਸ ਇਸ ਮਿਸਾਲ ਤੋਂ। ਅਗਰ ਇਹ ਮਿਸਾਲ ਤੁਹਾਡੇ ਵਰਗੇ ਬਜ਼ੁਰਗ ਸਾਡੇ ਲਈ ਛੱਡ ਕੇ ਜਾਂਦੇ ਹੈ ਤਾਂ ਅਗਲੀ ਪੀੜ੍ਹੀ ਕੀ ਕੁਛ ਨਹੀਂ ਕਰ ਸਕਦੀ, ਕੀ ਕੁਛ ਨਹੀਂ ਸਿੱਖ ਸਕਦੀ। ਅੰਕਲ ਤੁਸੀਂ ਸਪੋਰਟਸ ਦੀ ਗੱਲ ਕੀਤੀ ਹੈ, ਸਪੋਰਟਸ ਨੂੰ ਲੈ ਕੇ ਇੱਕ ਹੋਰ ਬਹੁਤ ਵੱਡੀ ਚੀਜ਼ ਰੀਸੈਂਟਲੀ ਹੋਈ ਹੈ ਤੁਹਾਡੇ ਨਾਲ, ਮੈਂ ਉਹਨੂੰ ਵੀ ਡਿਸਕਸ ਕਰਨਾ ਚਾਹੁੰਦੀ ਹਾਂ। ਇੱਕ ਹੋਰ ਮਾੜੀ ਜਿਹੀ ਇੱਥੇ ਬ੍ਰੇਕ ਲਈ ਰੁਕਦੇ ਹਾਂ, ਇਸੇ ਤਰ੍ਹਾਂ ਸਾਡੇ ਨਾਲ ਜੁੜੇ ਰਹੋ ਰਜਿੰਦਰ ਸਿੰਘ ਜੀ। ਵਿਊਅਰਸ ਤੁਸੀਂ ਵੀ ਕਿੱਥੇ ਨਾ ਜਾਓ, ਮਾੜੀ ਜਿਹੀ ਬ੍ਰੇਕ ਤੋਂ ਬਾਅਦ ਹਾਜ਼ਰ ਹੋਵਾਂਗੇ। ਗੱਲ ਜਾਰੀ ਰਹੇਗੀ ਬ੍ਰੇਕ ਤੋਂ ਉਸ ਪਾਰ। ਬ੍ਰੇਕ ਤੋਂ ਬਾਅਦ ਇੱਕ ਵਾਰੀ ਫਿਰ ਮੁੜ ਹਾਜ਼ਰ ਹੋਏ ਹਾਂ। ਗੱਲ ਹੋ ਰਹੀ ਹੈ ਜੋ ਸਾਡੇ ਗੁਰੂਆਂ ਨੇ ਸਾਡੇ ਲਈ ਸੰਦੇਸ਼ ਸਾਨੂੰ ਇੱਕ ਟੀਚਾ ਦਿੱਤਾ ਸੀ, ਵੰਡ ਕਰੋ, ਨਾਮ ਜਪੋ, ਕਿਰਤ ਕਰੋ, ਵੰਡ ਛਕੋ, ਇਨ ਚੀਜ਼ਾਂ 'ਤੇ ਪ੍ਰੈਕਟਿਸ ਕਰ ਰਹੇ ਹੈ ਰਜਿੰਦਰ ਸਿੰਘ ਜੀ, ਨੋਨ ਐਜ਼ ਦ ਸਕਿਪਿੰਗ ਸਿੱਖ। ਇੱਕ ਵਾਰੀ ਫਿਰ ਮੈਂ ਰਜਿੰਦਰ ਜੀ ਨੂੰ ਪ੍ਰੋਗਰਾਮ ਦੇ ਵਿੱਚ ਸਵਾਗਤ ਕਰਦੀ ਹਾਂ। ਰਜਿੰਦਰ ਜੀ, ਤੁਹਾਨੂੰ ਇੰਨਾ ਸਨਮਾਨ ਦਿੱਤਾ ਹੈ ਯੂਕੇ ਦੀ ਰੋਇਲ ਫੈਮਿਲੀ ਨੇ, ਪ੍ਰਿੰਸ ਚਾਰਲਸ ਨੇ ਆਪ ਤੁਹਾਨੂੰ ਇਨਵਾਈਟ ਕਰਕੇ ਇੱਕ ਅਵਾਰਡ ਦਿੱਤਾ, ਵਨ ਆਫ ਦ ਹਾਈਐਸਟ ਆਨਰਸ in the UK, in the world probably. ਉਹ ਵੀ ਤੁਸੀਂ ਇੱਕ ਸਿੰਪਲ ਦਸਤਾਰ ਅਤੇ ਸਿੰਪਲ ਬਾਣੇ ਦੇ ਵਿੱਚ ਰਿਸੀਵ ਕੀਤਾ। ਤੁਹਾਡੀ ਬੇਟੀ ਤੁਹਾਡੇ ਨਾਲ ਸੀਗੀ, ਮਨਰੀਤ ਕੌਰ। ਇਟਸ ਸੋ ਗੁੱਡ ਟੂ ਸੀ ਦਿਸ। ਇਹ ਜੋ ਤੁਸੀਂ ਮੈਸੇਜ ਪਹੁੰਚਾ ਰਹੇ ਹੋ ਅੰਕਲ, ਇਸ ਮੈਸੇਜ ਦੀ ਅੱਜ ਗੱਲ ਹੋ ਰਹੀ ਹੈ। ਅਤੇ ਇੱਕ ਹੋਰ ਰੀਸੈਂਟ ਚੀਜ਼ ਹੋਈ ਜੋ ਵੰਸ ਅਗੇਨ ਇਹ ਨਾ ਕਿ ਸਿਰਫ ਯੂਕੇ ਦੇ ਵਿੱਚ ਹਾਈਲਾਈਟ ਹੋ ਰਹੀ ਹੈ ਚੀਜ਼, ਬਟ ਪੂਰੀ ਦੁਨੀਆ ਇਸ ਚੀਜ਼ ਨੂੰ ਵੇਖ ਰਹੀ ਹੈ ਜੋ ਸਾਡੇ ਸਿੱਖ ਨੌਜਵਾਨ ਦੁਨੀਆ ਦੇ ਵਿੱਚ ਕਦੀ ਕਵਾਰ ਇਹ ਸੋਚਦੇ ਹੈ ਕਿ ਸਾਨੂੰ ਦਸਤਾਰ ਰੱਖਣੀ ਚਾਹੀਦੀ ਹੈ, ਨਹੀਂ ਰੱਖਣੀ ਚਾਹੀਦੀ, ਗੁਰੂ ਦਾ ਜੋ ਟੀਚਾ ਹੈਗਾ ਉਹਨੂੰ ਫੋਲੋ ਕਰਨਾ ਚਾਹੀਦਾ, ਨਹੀਂ ਕਰਨਾ ਚਾਹੀਦਾ। ਤੁਸੀਂ ਇਸ ਚੀਜ਼ ਨੂੰ ਯੂ ਨੋ ਸਾਨੂੰ ਇੱਕ ਇਗਜ਼ਾਮਪਲ ਦੇ ਤੌਰ 'ਤੇ ਸਾਨੂੰ ਦਿਖਾ ਰਹੇ ਹੋ, ਜੀ ਕੇ ਦਿਖਾ ਰਹੇ ਹੋ। ਸੋ ਰੀਸੈਂਟਲੀ ਯੂਕੇ ਦੇ ਵਿੱਚ ਇੱਕ ਬਹੁਤ ਵੱਡਾ ਦੁਨੀਆ ਦੇ ਭਰ ਦੇ ਵਿੱਚ ਮਸ਼ਹੂਰ ਇਵੈਂਟ ਹੋਈ, ਇਟਸ ਟੈਨਿਸ ਇਵੈਂਟ, ਸਪੋਰਟਿੰਗ ਇਵੈਂਟ ਨੋਨ ਐਜ ਵਿੰਬਲਡਨ, ਜੋ ਮਤਲਬ ਬਹੁਤ ਐਕਸਕਲੂਸਿਵ ਇੱਕ ਇਵੈਂਟ ਹੁੰਦੀ ਹੈ। ਉਹਦੇ ਵਿੱਚ ਯੂ ਨੋ ਹਰੇਕ ਕੋਈ ਨਾ ਤਾਂ ਜਾ ਸਕਦਾ ਹੈ, ਨਾ ਉਹਨਾਂ ਨੂੰ ਜਾਣ ਦਾ ਮੌਕਾ ਮਿਲਦਾ, ਲੈਟ ਅਲੋਨ ਉਹਨਾਂ ਨੂੰ ਇਨਵਾਈਟ ਕੀਤਾ ਜਾਂਦਾ ਹੈ। ਬਟ ਤੁਹਾਨੂੰ ਬਾਈ ਇਨਵੀਟੇਸ਼ਨ ਉੱਥੇ ਸੱਦਿਆ, ਤੁਸੀਂ ਗਏ, ਮਨਰੀਤ ਤੁਹਾਡੇ ਨਾਲ ਸੀਗੀ। ਸੋ ਟੈਲ ਅਸ ਕਿ ਇਹ ਵਿੰਬਲਡਨ ਦੀ ਇਵੈਂਟ ਕਿਸ ਤਰ੍ਹਾਂ ਆਈ, ਐਂਡ ਦੈਨ ਮੈਂ ਆਸਕ ਦੈਟਸ ਯੂ ਵਿਦ ਦ ਹੀ ਇਜ਼ ਦਾ
person. I seen him on airport when I on a duty. Wow. VIP lounge maybe 30 years ago. Wow. And he was young. And I seen him after so many years. He was so pleased. And used to be clean shaved. Wow. When I met him. Wow. And he come from Caribbeans, and then they have to stop in a VIP lounge, then they get protection. Gee. And he was so pleased to see me. And Uncle, look at this. Ek bari fir toda simple bana duro disda sardar. My God. So tell us, is experience bare sanu dasso. ਇਹ ਐਕਸਪੀਰੀਅੰਸ ਅਸੀਂ ਜਿਹੜੀ ਦੱਸਦਾ ਰਿਹਾ ਨਾ, ਇਹ ਕੋਈ ਨੋਰਮਲ ਚੀਜ਼ ਨਹੀਂ. ਜਿਹੜੇ ਵਾਲ ਆ, ਵਾਲ ਕੱਟਣੇ ਤਾਂ ਹੁਣ ਮੈਂ ਕਿਸੇ ਨਾਲ ਆਰਗੂ ਨਹੀਂ ਕਰਦਾ, ਮੈਂ ਨਾ ਫਿਲੋਸਫਰ ਨਹੀਂ. ਜਿੱਥੋਂ ਤੱਕ ਮੈਂ ਪੜ੍ਹਦਾ ਜਾਂ ਪੜ੍ਹਿਆ ਹੁਣ ਤੱਕ ਜਾਂ ਵੇਖਦਾ ਰਹਿੰਦਾ ਕਿ ਪਹਿਲਾਂ ਜਿੰਨੇ ਵੀ ਹੋਏ ਆ, ਹਿੰਦੂਆਂ ਦੇ, ਮੁਸਲਮਾਨਾਂ ਦੇ, ਗੋਰਿਆਂ ਦੇ, ਕਿਸੇ ਦੇ ਵੀ, ਉਹਨਾਂ ਨੇ ਵਾਲ ਨਹੀਂ ਸੀ ਕੱਟਦੇ ਹੁੰਦੇ. ਜਿੰਨੇ ਵੀ ਪ੍ਰੀਸਟ ਹੋਏ ਆ, ਜਿਹੜੇ ਸਾਡੇ ਫਾਊਂਡਰ ਹੋਏ ਆ, ਸਾਨੂੰ ਗਾਈਡੈਂਸ ਕਰਨ ਵਾਲੇ ਹੋਏ ਆ, ਗੁਰੂ ਨਾਨਕ ਦੇਵ ਜੀ, ਸਾਰਿਆਂ ਨੇ ਕੋਈ ਹੇਅਰ ਕੱਟ ਨਹੀਂ ਸੀ ਹੁੰਦੀ. ਜਿਹੜੀ ਕਿ ਮੈਂ 2000-3000 ਈਅਰ ਓਲਡ ਜਾਂ ਜਿੰਨੀ ਵੀ ਓਲਡ ਮੈਂ ਹਿਸਟਰੀ ਵੇਖਦਾ, ਉਹਦੇ 'ਚ ਐਗਜ਼ਾਮਪਲ ਵਿੱਚ ਮੈਂ ਇਹ ਦੱਸਦਾ ਕਿ ਆਸਟ੍ਰੇਲੀ ਪਾਰਕ ਇੱਥੇ ਆ ਜਿੱਥੇ ਮੈਂ ਵੋਲੰਟੀਅਰ ਹਾਂ ਕਾਫੀ. ਉੱਥੇ ਮੈਂ ਬੱਚਿਆਂ ਨੂੰ ਮਾਰਸ਼ਲਿੰਗ ਕਰਨ ਜਾਈਦਾ, ਭੱਜਦੇ 4-10 ਸਾਈਕਲਿਸਟ ਹਾਰ ਜਿਹੜੇ ਆ ਉਹਨਾਂ ਦੀ ਹੈਲਪ ਕਰਦਾ. ਹੋਰ ਜਿਹੜਾ ਲੀਡਰ ਹੁੰਦਾ, ਹੁਣ ਜੇ ਕਿਸੇ ਨੂੰ ਕਹੋ ਸਿੱਖ ਨੂੰ, ਉਹਨੇ ਕਹਿਣਾ ਮੈਂ ਉੱਥੇ ਪੇਪਰ ਚੱਕਣ ਥੋੜ੍ਹਾ ਗਿਆ. ਨਹੀਂ, ਉਹ ਮੇਰੇ ਵੱਲ ਵੇਖਦੇ ਆ ਕਿ ਇਹ ਸਿੱਖ ਆਹ ਕੁਛ ਕਰ ਰਿਹਾ. ਫਿਰ ਗੋਰੀਆਂ ਅਤੇ ਗੋਰੇ, ਬੁੱਢੇ ਅਤੇ ਜਵਾਨ, ਉਹ ਇੰਨੇ ਮੇਰੇ ਕੋਲ ਆ ਕੇ ਕਿਹੜਾ ਗੱਲਾਂ ਕਰਦੇ ਆ, ਮੈਂ ਹੈਰਾਨ ਹੋ ਜਾਂਦਾ ਕਿ ਇੰਨੀ ਰਿਸਪੈਕਟ ਸਾਡੇ ਸਿੱਖਾਂ ਵਾਸਤੇ ਆ. ਮੈਂ ਵਰਲਡ ਵਾਈਡ 'ਤੇ ਮੈਨੂੰ ਪਤਾ ਨਹੀਂ, ਪਰ ਇੰਗਲੈਂਡ ਦੇ ਵਿੱਚ ਸਿੱਖਾਂ ਦੀ ਰਿਸਪੈਕਟ ਬਹੁਤ ਆ. ਔਰ ਇਹ ਸਾਡੇ 'ਤੇ ਡਿਪੈਂਡ ਕਰਦਾ, ਅਸੀਂ ਜਿਹੜੀ ਓਨਰ ਆ ਦਿੱਤੀ ਸਾਨੂੰ, ਅਸੀਂ ਕਿੱਦਾਂ ਇਹਨੂੰ ਫਿਊਚਰ ਦੇ ਵਿੱਚ ਰੱਖਣਾ ਵਾ. ਜੇ ਹੁਣ ਮੋਨੇ ਆ, ਉਹਨਾਂ ਨੂੰ ਥੋੜ੍ਹਾ ਪਤਾ ਨਹੀਂ ਲੱਗਦਾ ਕਿ ਸਿੱਖ ਆ ਜਾਂ ਕੌਣ ਆ, ਪਰ ਉਹ ਜਦੋਂ ਸਿੱਖ ਨੂੰ ਓਰਿਜਨਲ ਵੇਖਦੇ, ਉਹਨਾਂ ਨੂੰ ਫਸਟ ਵਰਲਡ ਵਾਰ, ਸੈਕਿੰਡ ਵਰਲਡ ਵਾਰ ਚੇਤਾ ਆ ਜਾਂਦਾ ਕਿ ਜਿਹੜੇ ਸਿੱਖ ਆ, ਅਤੇ ਫਿਊਚਰ ਦੇ ਵਿੱਚ ਵੀ ਸਿੱਖ ਸਾਡੀ ਕੰਟਰੀ ਲਈ ਐਗਜ਼ਾਮਪਲ ਇੱਕ ਕਰ ਰਹੇ ਆ ਕਾਇਮ. ਇਹ ਸਾਡੇ ਵਾਸਤੇ ਬਹੁਤ ਫੇਸਫੁਲ ਕਮਿਊਨਿਟੀ ਆ. ਸੋ ਮੈਂ ਬਹੁਤ ਥੈਂਕ ਯੂ ਕਰਦਾ UK ਦਾ, ਵਰਲਡ ਵਾਈਡ ਵੀ ਲੋਕਾਂ ਦਾ. ਇਹ ਸਿੰਪਲ ਜਿਹੜਾ ਗਿਆਮ ਹੈ, ਇਹ ਪਰਮਾਤਮਾ ਨੇ ਕਰਾਇਆ. ਪਰ ਮੇਰੇ ਮਨ ਦੀ ਕਹਿ ਸੀ ਕਿ ਮੈਂ ਸ਼ੋਅ ਆਫ ਨਹੀਂ ਕਰਨਾ, ਮੈਂ ਐਕਸਪੈਂਸਿਵ ਚੀਜ਼ਾਂ ਪਾ ਕੇ ਨਹੀਂ ਜਾਣਾ. ਉਹ ਸਾਦਗੀ ਦੇ ਕਰਕੇ ਉਹਨਾਂ ਨੇ ਵੇਖਿਆ ਕਿ ਇੱਥੇ ਆਇਆ, ਔਰ ਹਰ ਇੱਕ ਨੇ ਜਿਹੜਾ ਨਹੀਂ ਵੀ ਸੀ, ਉਹਨਾਂ ਨੇ ਮੈਨੂੰ ਬਹੁਤ ਰਿਸਪੈਕਟ ਦਿੱਤੀ, ਜਿਹੜਾ ਕਿ ਮੈਂ ਉਹਨਾਂ ਨੂੰ ਆਈ ਥਿੰਕ ਮੈਂ ਪੇ ਬੈਕ ਨਹੀਂ ਕਰ ਸਕਦਾ. ਜੀ ਅੰਕਲ, ਵਿੰਬਲਡਨ ਦੇ ਵਿੱਚ ਤੁਹਾਨੂੰ ਇਨਵਾਈਟ ਕੀਤਾ ਗਿਆ, ਉਹ ਹਾਊ ਡਿਡ ਦੈਟ ਆਲ ਪਲੇ ਆਊਟ? ਯੂ ਨੋ, ਬਿਕੋਜ਼ ਇਹ ਵੀ ਚੀਜ਼ ਬਹੁਤ ਬਹੁਤ ਮੈਂ ਕਹਾਂਗੀ ਇੱਕ ਰੇਅਰ ਤਰੀਕੇ ਨਾਲ ਕਿਸੇ ਇਨਸਾਨ ਦੇ ਨਾਲ ਹੁੰਦੀ ਹੈ ਕਿ ਤੁਹਾਨੂੰ ਇਨਵਾਈਟ ਕੀਤਾ ਜਾਏ. ਸੋ ਟੈਲ ਅਸ ਅਬਾਊਟ ਦੈਟ. ਉਹ ਬੇਟੇ ਫਿਰ ਦੇ ਡੂ ਵਾਚ ਹੂ ਇਜ਼ ਡੂਇੰਗ ਸਮਥਿੰਗ ਗੁੱਡ ਫਾਰ ਦਿਸ ਕੰਟਰੀ. ਜੀ, ਉਹਨਾਂ ਨੇ ਫਿਰ ਹੋਪਫੁਲੀ ਕਿ ਮੈਂ ਵਿੱਚ ਇੰਗਲਿਸ਼ ਬੋਲ ਪਿਆ, ਮੈਂ ਪੜ੍ਹਿਆ ਤਾਂ ਨਹੀਂ, ਪਰ ਇੰਗਲਿਸ਼ ਹੁਣ ਸਾਡੀ ਰੂਟੀਨ ਬਣਿਆ. ਕੋਈ ਗੱਲ ਨਹੀਂ. ਉਹਦੇ ਵਿੱਚ ਉਹਨਾਂ ਨੇ ਫਿਰ ਇਨਵੀਟੇਸ਼ਨ ਬੇਟੀ ਨੂੰ, ਜਦ ਕਿ ਮੈਨੂੰ ਪਤਾ ਵੀ ਨਹੀਂ ਸੀ, ਇਹਨੇ ਦੱਸਿਆ. ਮੈਨੂੰ ਕੋਈ ਖੁਸ਼ੀ ਨਹੀਂ ਹੋਈ ਕਿ ਮੈਂ ਵਿੰਬਲਡਨ ਉੱਥੇ, ਕਿਉਂਕਿ ਮੈਂ ਜਦ ਫਾਈਨਲ ਹੁੰਦਾ ਸੀ ਮੈਂ ਟੈਲੀ 'ਤੇ ਵੇਖ ਲੈਂਦਾ ਸੀ. ਪਰ ਜਦੋਂ ਬੇਟੀ ਨੇ ਕਿਹਾ ਕਿ ਉੱਥੇ ਤੁਸੀਂ ਜਾਣਾ, ਉੱਥੇ ਐਂਡੀ ਨੇ ਪਲੇ ਕਰਨਾ, UK ਦਾ ਜਿਹੜਾ ਪਲੇਅਰ ਹੈ ਜਿਹਨੇ ਬਹੁਤ ਹਾਰਡਸ਼ਿਪ ਵੇਖੀ ਹੈ, ਔਰ ਉਹਦੇ ਅਗੇਂਸਟ ਕੈਨੇਡੀਅਨ ਸੀ, ਅਤੇ ਮੈਨੂੰ ਬਹੁਤ ਚੰਗਾ ਲੱਗਾ ਕਿ ਉਹਨੂੰ ਬੱਚੇ ਨੂੰ, ਦੋਵਾਂ ਬੱਚਿਆਂ ਨੂੰ ਪਲੇ ਕਰਦੇ ਵੇਖਿਆ, ਜਿਹੜਾ ਕਿ ਮੈਂ ਇਮੈਜਿਨ ਨਹੀਂ ਕਰ ਸਕਦਾ. ਫਿਰ ਸਾਨੂੰ ਅਸੀਂ ਲੋਸਟ ਹੋ ਗਏ ਉੱਥੇ. ਰਿਟਾਇਰ ਪੁਲਿਸ ਆਫਿਸਰ, ਸਿਕਿਉਰਿਟੀ ਗਾਰਡ ਦਾ ਮੈਨੇਜਰ, ਉਹਨੇ ਸਾਨੂੰ ਲੈ ਕੇ ਗਿਆ ਕਿ ਜਿਸ ਤਰ੍ਹਾਂ ਬਹੁਤ ਅਮੀਰ ਜਾਂ ਬਹੁਤ ਮੈਂ ਕੋਈ ਕਿੰਗ ਹੁੰਦਾ, ਇਹੋ ਜਿਹੀ ਜਿਹੜੀ ਉਹਨਾਂ ਨੇ ਮੈਨੂੰ ਗਾਈਡੈਂਸ ਕੀਤੀ ਆ. ਔਰ ਉਹਨਾਂ ਨੇ ਮੈਨੂੰ ਮੇਰੇ ਨਾਲ ਗੱਲਾਂ ਕਰਦਾ ਜਦੋਂ ਪਾਰਕ 'ਚੋਂ ਆ ਰਿਹਾ ਸੀ, ਉਹ ਬੜਾ ਖੁਸ਼ ਹੋਇਆ ਕਿ ਮੈਂ ਵੀ ਡਿਊਟੀ ਕਰਦਾ ਰਿਹਾ. ਔਰ ਉਹਨੇ ਆਪਣਾ ਦੱਸਿਆ ਕਿ ਮੇਰਾ ਰੈਂਕ ਇਹ ਸੀ, ਟੋਪ ਪੁਲਿਸ ਆਫਿਸਰ ਸੁਪਰਿੰਟੈਂਡੈਂਟ ਦੀ ਜੋਬ 'ਤੇ ਉਹ ਸਿਕਿਉਰਿਟੀ ਦਾ ਕਰਦਾ. ਉਹਨਾਂ ਨੇ ਮੇਰੀ ਬੜੀ ਐਡਮਾਇਰ ਕੀਤੀ, ਅਤੇ ਮੈਂ ਕਿਹਾ ਤੁਸੀਂ ਇੰਨੇ ਸਾਨੂੰ ਇੱਥੋਂ ਲੈ ਕੇ ਜਾ ਰਹੇ, ਤੁਸੀਂ ਸਿਕਿਉਰਿਟੀ ਵਾਲਾ ਭੇਜ ਦੇਣਾ ਸੀ. ਔਰ ਉਹਨੇ ਮੈਨੂੰ ਇਹੋ ਜਿਹੇ ਵਰਡ ਕਹਿ ਕਿ ਜਿਹੜੇ ਮੈਂ ਭੁੱਲ ਨਹੀਂ ਸਕਦਾ. ਉਹ ਕਹਿੰਦਾ ਕਿ ਮੇਰੀ ਮਾਈ ਪਲੇਅਰ ਹੈ ਕਿ ਜਿੰਨੇ ਸਟੈਪ ਮੈਂ ਤੁਰ ਕੇ ਟਵਾਰਡ ਤੁਹਾਡੇ ਵਾਸਤੇ ਆਇਆ,
ਇਹ ਮੇਰੇ ਵਾਸਤੇ ਬਹੁਤ ਪ੍ਰਾਈਸਲੈਸ ਆ ਸੋ ਹੋਰ ਇਹਨੂੰ ਮੈਂ ਜ਼ਿਆਦਾ ਕੁਛ ਕਹਿ ਨਹੀਂ ਸਕਦਾ ਕਿ ਉਹਨਾਂ ਨੇ ਮੈਨੂੰ ਇੰਨੀ ਕੁਛ ਕਿਹਾ ਫਿਰ ਉਹਨੇ ਪ੍ਰਿੰਸ ਚਾਰਲਸ ਦੀ ਜਿਹੜਾ ਕੋਈ ਸਿੱਖ ਆ ਉਹਦਾ ਗਾਰਡ ਵੀ ਆ ਉਹਦੇ ਨਾਲ ਬੋਡੀ ਗਾਰਡ ਵੀ ਆ ਸੋ ਹੀ ਵਾਸ ਵੈਰੀ ਇੰਪ੍ਰੈਸ ਐਂਡ ਰੋਇਲ ਫੈਮਿਲੀ ਜਦੋਂ ਫਿਰ ਉਹਨੂੰ ਕੇਟ ਜਿਹੜੀ ਬੇਟੀ ਆ ਮੇਰੀ ਬੇਟੀ ਵਰਗੀ ਆ ਉਹਨੇ ਵਰਡ ਦੋ ਵਰਡ ਮੇਰੇ ਨਾਲ ਕੀਤੇ ਵਿਚਾਰੀ ਨੇ ਸ਼ੀ ਵਾਸ ਸੋ ਪਲੀਜ਼ ਮੈਨੂੰ ਵੇਖ ਕੇ ਔਰ ਉਹਨਾਂ ਨੂੰ ਮੈਂ ਆਈ ਸੈਡ ਕਿ ਤੁਹਾਡਾ ਜਿਹੜਾ ਫਾਦਰ ਸੀ ਉਹ ਇਸ ਤਰ੍ਹਾਂ ਐਕਸਪਾਇਰ ਹੋ ਗਿਆ ਵੈਰੀ ਸੈਡ ਸੋ ਇੰਨੀਆਂ ਕਿ ਗੱਲਾਂ ਦੋ ਗੱਲਾਂ ਹੋਈਆਂ ਕਿਉਂਕਿ ਜ਼ਿਆਦਾਤਰ ਤੁਸੀਂ ਗੱਲ ਨਹੀਂ ਕਰ ਸਕਦੇ ਇੱਥੇ ਗੈਲਰੀ ਦੇ ਵਿੱਚ ਸੋ ਬੇਟਾ ਮੈਂ ਤਾਂ ਬਹੁਤ ਥੈਂਕਫੁਲ ਹਾਂ ਗੋਡ ਦਾ I just want to show this picture. So that's Kate Middleton, jo ke jinnu nahi pata Queen Elizabeth de jo pote han. That's his wife, Kate Middleton. And you know, they are, you know, once again, excuse my ignorance, not next in line. But jado Queen to baad, next to baad, William is next in line. And that's his wife, Kate Middleton. So there she is talking to you. I mean, it's bahut a bahut hi maan di gal hai uncle. And you know, I think minnu ta sab to a cheez like you know, dil nu touch kar gayi ke tusi inne saadgi de naal utthe baith ke bilkul jidda kehnde na sirf ta sirf sikh di dastar duno disdi si. And that's it's really amazing. ਰਜਿੰਦਰ ਸਿੰਘ ਜੀ, ਤੁਹਾਡਾ ਕੰਮ ਤੁਸੀਂ ਯੂ ਨੋ, ਭਾਵੇਂ ਤੁਹਾਡੇ ਲਈ ਕੋਈ ਯੂ ਨੋ ਇੰਨੀ ਕੋਈ ਵੱਡੀ ਗੱਲ ਨਹੀਂ ਹੈਗੀ, ਤੁਹਾਡੇ ਲਈ ਮਾਮੂਲੀ ਜਿਹਾ ਕੰਮ ਹੈ, ਤੁਸੀਂ ਤਾਂ ਰੱਬ ਦਾ ਨਾਂ ਲੈਂਦੇ ਹੋ ਅਤੇ ਆਪਣੀ ਸਿਹਤ ਦਾ ਖਿਆਲ ਰੱਖਦੇ ਹੋ, ਬਟ ਤੁਸੀਂ ਇੱਕ ਬਿਲਕੁਲ ਇੰਸਪੀਰੇਸ਼ਨ ਬਣ ਕੇ ਹੁਣ ਯੂ ਨੋ ਯੂਅਰ ਰੋਲ ਮਾਡਲ, ਸੋ ਆਈ ਵਾਂਟ ਟੂ ਟਾਕ ਅਬਾਊਟ ਵਟਸ ਨੈਕਸਟ. ਇੱਕ ਹੋਰ ਛੋਟੀ ਜਿਹੀ ਬ੍ਰੇਕ ਲਈ ਇੱਥੇ ਰੁਕਦੇ ਹਾਂ. ਇਸ ਤਰ੍ਹਾਂ ਅੰਕਲ ਸਾਡੇ ਨਾਲ ਜੁੜੇ ਰਹੋ, ਰਜਿੰਦਰ ਸਿੰਘ ਜੀ ਸਾਡੇ ਨਾਲ ਗੱਲ ਕਰ ਰਹੇ, ਵਿਊਅਰਸ ਤੁਸੀਂ ਵੀ ਜੁੜੇ ਰਹੋ, ਮਿਲਦੇ ਹਾਂ ਬ੍ਰੇਕ ਤੋਂ ਇਸ ਵਾਰ. ਤੁਸੀਂ ਵੇਖ ਰਹੇ ਹੋ ਅੱਜ ਦਾ ਮੁੱਦਾ, ਅਤੇ ਅੱਜ ਬਹੁਤ ਹੀ ਇੰਸਪੀਰੇਸ਼ਨਲ ਪ੍ਰੋਗਰਾਮ ਤੁਹਾਡੇ ਨਾਲ ਪੇਸ਼ ਕਰ ਰਹੇ ਹਾਂ. ਇੱਕ ਵਾਰੀ ਫਿਰ ਰਜਿੰਦਰ ਸਿੰਘ ਜੀ ਨੂੰ ਮੈਂ ਸਵਾਗਤ ਕਰਦੀ ਹਾਂ. ਰਜਿੰਦਰ ਸਿੰਘ ਜੀ, ਯੂਕੇ ਤੋਂ ਤੁਸੀਂ ਸਾਡੇ ਨਾਲ ਜੁੜ ਰਹੇ ਹੋ. ਸਭ ਤੋਂ ਪਹਿਲੇ ਤਾਂ ਥੈਂਕ ਯੂ, ਤੁਸੀਂ ਸਾਡੇ ਲਈ ਟਾਈਮ ਕੱਢਿਆ. ਕਾਫੀ ਉੱਥੇ ਲੇਟ ਹੈਗਾ, ਸੋ ਵੀ ਅਪਰੀਸ਼ੀਏਟ ਕਿ ਤੁਸੀਂ ਸਾਡੇ ਨਾਲ ਜੁੜ ਕੇ ਸਾਨੂੰ ਦੱਸ ਰਹੇ ਹੋ ਕਿ ਤੁਹਾਡਾ ਇਹ ਸਫ਼ਰ ਜੋ ਇੱਕ ਸਿੰਪਲ ਜੀ ਆਪਣੀ ਅਲੋਟਮੈਂਟ ਦੇ ਵਿੱਚ ਇੱਕ ਸਕਿਪਿੰਗ ਵੀਡੀਓ ਦੇ ਨਾਲ ਸ਼ੁਰੂ ਹੋਇਆ ਸੀ, ਕਿੱਥੇ ਤੱਕ ਅੱਜ ਪਹੁੰਚ ਗਿਆ? ਵਿੰਬਲਡਨ ਤੱਕ, ਮੈਂ ਕਹਾਂਗੀ ਰੋਇਲ ਫੈਮਿਲੀ ਤੱਕ ਤੁਹਾਡਾ ਨਾਂ ਅੱਜ ਮਸ਼ਹੂਰ ਹੈ, ਇੱਕ ਸਿੰਘ ਦਾ ਨਾਮ ਮਸ਼ਹੂਰ ਹੋ ਗਿਆ. ਐਂਡ ਫਾਰ ਸੱਚ ਅ ਗੁੱਡ ਪੋਜ਼ਿਟਿਵ ਰੀਜ਼ਨ, ਰਾਈਟ? ਫਿਟਨੈਸ, ਲੋਕਾਂ ਦੀ ਹੈਲਪ ਕਰਨੀ, ਚੈਰਿਟੀ ਕਰਨੀ, ਖਾਸ ਕਰਕੇ ਜਦੋਂ ਤੁਸੀਂ ਇਹੋ ਜਿਹੀ ਚੀਜ਼ ਕਰਦੇ ਹੋ, ਸਾਡੇ ਜੋ ਬਜ਼ੁਰਗ ਹੈ ਉਹਨਾਂ ਨੂੰ, ਉਹਨਾਂ ਦਾ ਕਿੰਨਾ ਹੌਸਲਾ ਮੈਨੂੰ ਲੱਗਦਾ ਹੈ ਇਨਕਰੀਜ ਹੁੰਦਾ ਹੋਏਗਾ. ਦਰ ਅਗਰ ਤੁਸੀਂ ਕਰ ਸਕਦੇ ਹੋ, ਸਾਡਾ ਹਰ ਇੱਕ ਕੋਈ ਬਜ਼ੁਰਗ ਕਰ ਸਕਦਾ ਹੈ ਅਗਰ ਉਹਨਾਂ ਦੀ ਦਿਲ ਦੀ ਇੱਛਾ ਹੋਏ. ਰਜਿੰਦਰ ਸਿੰਘ ਜੀ, ਤੁਹਾਨੂੰ ਯੂਕੇ ਦੇ ਵਿੱਚ ਇੰਨੀ ਜ਼ਿਆਦਾ ਪ੍ਰੈਸ ਮਿਲ ਰਹੀ ਹੈ, ਉੱਥੇ ਦੇ ਸਾਰੇ ਯੂ ਨੋ ਬ੍ਰਿਟਿਸ਼ ਮੇਨ ਸਟ੍ਰੀਮ ਮੀਡੀਆ ਤੁਹਾਨੂੰ ਕਵਰ ਕਰਦੇ ਹੈ. ਆਈ ਥਿੰਕ ਲੰਡਨ ਦਾ ਮੇਅਰ ਤੁਹਾਡੇ ਨਾਲ ਰੀਸੈਂਟਲੀ ਉਹਨਾਂ ਨੇ ਗੱਲ ਕੀਤੀ, ਸੋ ਯੂ ਆਰ ਗੈਟਿੰਗ ਆਲ ਆਫ ਦਿਸ ਯੂ ਨੋ ਵੰਡਰਫੁਲ ਰੈਕਗਨੀਸ਼ਨ. ਇਹਦੇ ਨਾਲ ਮੇਰਾ ਸਿਰਫ ਇੱਕ ਹੀ ਸਵਾਲ ਹੈਗਾ ਤੁਹਾਡੇ ਲਈ ਕਿ ਅਗਰ ਇੱਕ ਸਿੰਘ ਇੰਨੇ ਵੱਡੇ ਲੈਵਲ 'ਤੇ ਆਪਣਾ ਅਤੇ ਕਮਿਊਨਿਟੀ ਦਾ ਨਾਂ ਰੌਸ਼ਨ ਕਰ ਸਕਦਾ ਹੈ ਯੂਕੇ ਦੇ ਵਿੱਚ, ਜੋ ਸਾਡੇ ਕਮਿਊਨਿਟੀ ਦੇ ਬਾਕੀ ਮੈਂਬਰਸ ਬੈਠੇ ਆ, ਭਾਵੇਂ ਉਹ ਅਮੈਰੀਕਾ ਹੋਏ, ਕੈਨੇਡਾ, ਆਸਟ੍ਰੇਲੀਆ, ਕਿਸੇ ਵੀ ਥਾਂ 'ਤੇ, ਉਹਨਾਂ ਨੂੰ ਤੁਸੀਂ ਕੀ ਦੱਸਣਾ ਚਾਹੋਗੇ ਵੀ ਕਿ ਉਹ ਉਹਨਾਂ ਨੂੰ ਕੀ ਕਰਨਾ ਚਾਹੀਦਾ ਹੈ ਤਾਂ ਕਿ ਉਹਨਾਂ ਦੀ ਵੀ ਉਨੀ ਕੁ ਰਿਸਪੈਕਟ ਹੋਏ, ਸਾਡੀ ਕਮਿਊਨਿਟੀ ਦੀ ਪਹਿਚਾਣ ਹੋਏ, ਜਿਸ ਤਰ੍ਹਾਂ ਤੁਸੀਂ ਆਪਣੇ ਲਈ ਯੂਕੇ ਦੇ ਵਿੱਚ ਬਣਾਈ ਹੈ? ਮੇਰੀ ਤਾਂ ਇਹੋ ਰਿਕੁਐਸਟ ਆ ਹਰ ਇੱਕ ਨੂੰ ਹੀ ਵਰਲਡ ਵਾਈਡ, ਸਪੈਸ਼ਲੀ ਯੂਕੇ 'ਚ ਨਹੀਂ. ਮੇਰੇ ਨਾਲ ਜਦੋਂ ਦੇ ਅਸੀਂ ਆਏ ਹਾਂ ਬਹੁਤ ਇੰਸੀਡੈਂਟ ਹੋਏ ਆ, ਕਿਉਂਕਿ ਮੈਂ ਕਹਿਣ 'ਚ ਹੈਜੀਟੇਸ਼ਨ ਨਹੀਂ ਕਰਦਾ. ਜਿਸ ਤਰ੍ਹਾਂ ਤੁਹਾਨੂੰ ਬੇਟਾ ਪਤਾ ਨਹੀਂ, ਨੈਸ਼ਨਲ ਫਰੰਟ ਇੱਥੇ ਹੁੰਦਾ ਸੀ, ਹਾਂਜੀ, ਉਹ ਕਹਿੰਦੇ ਹੁੰਦੇ ਵਾਪਸ ਚੱਲ ਜਾਓ ਉਹਨਾਂ ਦਿਨਾਂ ਦੇ ਵਿੱਚ. ਅਤੇ ਜਦੋਂ ਅਸੀਂ ਉਹਨਾਂ ਨੂੰ ਰੋਕਣਾ, ਕਿਉਂਕਿ ਅਸੀਂ ਕੁਆਇਟ ਸਟਰੋਂਗ ਹੁੰਦੇ ਸੀ ਮੁੰਡੇ, ਉਹ ਜਦ ਉਹਨਾਂ ਨੂੰ ਅਸੀਂ ਕਨਫਰੰਟ ਕਰਨਾ, ਸਾਨੂੰ ਉਹਨਾਂ ਨੇ ਓਵਰਨਾਈਟ ਪੁਲਿਸ ਸਟੇਸ਼ਨ ਰੱਖ ਲੈਣਾ. ਪਰ ਉਹਨਾਂ ਨੇ ਜਦ ਥੋੜ੍ਹੇ ਦਿਨਾਂ ਬਾਅਦ ਫਿਰ ਉਹਨਾਂ ਨੂੰ ਮਿਲਣਾ, ਜਿਨ੍ਹਾਂ ਮੁੰਡਿਆਂ ਨੇ ਆਉਣਾ ਜਾਂ ਜਿਸ ਤਰ੍ਹਾਂ ਵੀ ਆ,
ਉਹਨਾਂ ਦੇ ਕੋਸ਼ਿਸ਼ ਕੀਤੀ ਉਹਨਾਂ ਦਿਨਾਂ ਦੇ ਵਿੱਚ 71-72 'ਚ ਫਰੈਂਡਸ਼ਿਪ ਪਾਉਣ ਦੀ ਔਰ ਓਰਿਜਨਲੀ ਜਦੋਂ ਫਿਰ ਤੂੰ ਐਕਸਰਸਾਈਜ਼ਾਂ ਸ਼ੁਰੂ ਕਰਤੀਆਂ ਮਾਰਸ਼ਲ ਆਰਟ ਵਗੈਰਾ ਸਭ ਕੁਛ ਪਰਮਾਤਮਾ ਨੇ ਕਰਾਇਆ ਉਹ ਤੁਹਾਡੇ ਫਿਰ ਫਰੈਂਡ ਬਣ ਗਏ ਕਿ ਇੰਨੇ ਸਟਰੋਂਗ ਆ ਆਰਮ ਦਾ ਸਵਿਮਿੰਗ ਕਰਨੀ ਆਹ ਕਰਨੀ ਆ ਉਹਨਾਂ ਨੂੰ ਕਈ ਨਾਮ ਵਿਨ ਕਰਨਾ ਕਿ ਇਹਨੂੰ ਡਿਫੀਟ ਕਰਨਾ ਉਹ ਸਾਡੇ ਫਰੈਂਡ ਹੁਣ ਵੀ ਮੈਂ ਅਜੇ ਕਹਿੰਦਾ ਵਾਂ ਕਿ ਨੈਸ਼ਨਲ ਫਰੰਟ ਵਾਲੇ ਤਾਂ ਮੇਰੇ ਫਰੈਂਡ ਸੀ ਪਰ ਮੇਰੇ ਲੋਕ ਜਿਹੜੇ ਆ ਉਹ ਮੇਰੇ ਅਗੇਂਸਟ ਹੋ ਜਾਂਦੇ ਕਿ ਸ਼ਦਾਈ ਆ ਪਾਗਲ ਆ ਅਤੇ ਮੈਂ ਕਹਿੰਦਾ ਥੈਂਕ ਯੂ ਵੈਰੀ ਮੱਚ ਹੁਣ ਜਿਹੜੀ ਚੀਜ਼ਾਂ ਇੱਥੇ ਚੱਲ ਰਹੀਆਂ ਵਾਂ ਕਿ ਉਹ ਜੋ ਕੁਛ ਹੋ ਰਿਹਾ ਉਹ ਠੀਕ ਨਹੀਂ ਕਿ ਸਾਨੂੰ ਡਿਸਟੈਂਸ ਨਹੀਂ ਰੱਖਣਾ ਚਾਹੀਦਾ ਸਾਨੂੰ ਠੀਕ ਹੈ ਜੇ ਉਹ ਕਹਿ ਦੇਣ ਯੂ ਪੈਕੀ ਵੀ ਕਹਿ ਦਿੰਦੇ ਆ ਕਈ ਕੁਛ ਕਹਿੰਦੇ ਤੁਸੀਂ ਕਹੋ ਵੀ ਕਹਿਣਾ ਬਹੁਤ ਔਖਾ ਵਾ ਕਿ ਥੈਂਕ ਯੂ ਵੈਰੀ ਮੱਚ ਉਹਨਾਂ ਨੂੰ ਫਿਰ ਸ਼ਰਮ ਆਉਂਦੀ ਆ ਕਿ ਮੈਂ ਤਾਂ ਇਹਨੂੰ ਆਹ ਕਿਹਾ ਅਤੇ ਇਹ ਮੈਨੂੰ ਅੱਗੋਂ ਥੈਂਕ ਯੂ ਵੈਰੀ ਮੱਚ ਕਹਿੰਦਾ ਸੋ ਜੇ ਕੋਈ ਤੁਹਾਨੂੰ ਮੇਰਾ ਪ੍ਰਿੰਸੀਪਲ ਇੱਥੋਂ ਪਰਮਾਤਮਾ ਨੇ ਬਣਾ ਦਿੱਤਾ ਕਿ ਮੈਨੂੰ ਕੋਈ ਗਾਲ ਵੀ ਦੇਵੇ ਨਾ ਅਤੇ ਮੈਂ ਉਹਨੂੰ ਕਹਿੰਦਾ ਹੁੰਦਾ ਸਾਂ ਕਿ ਮੇਰੇ ਹੱਥ 'ਤੇ ਲਿਖ ਦੇ ਤਾਂ ਕਿ ਮੈਂ ਵੀ ਤੇਰੇ ਵਾਂਗੂ ਬੋਲ ਸਕਾਂ ਉਹਨਾਂ ਨੂੰ ਫਿਰ ਸ਼ਰਮ ਆਉਂਦੀ ਕਿ ਇਹਨੂੰ ਸਾਰਾ ਕੁਛ ਪਤਾ ਹੈ ਮੈਨੂੰ ਕਹਿੰਦਾ ਹੱਥ 'ਤੇ ਲਿਖ ਦੇ ਸੋ ਜਿਹੜੀ ਚੀਜ਼ ਆ ਤੁਸੀਂ ਕਿਸੇ ਨੂੰ ਕੁਛ ਹਰਟ ਕਰਕੇ ਨਹੀਂ ਕਰ ਸਕਦੇ ਟਾਈਮ ਲੱਗਦਾ ਐਗਜ਼ਾਮਪਲ ਹੁਣ ਕਿਉਂਕਿ ਸੌਰੀ ਮੈਂ ਕੁਇਕ ਫਿਨਿਸ਼ ਨਹੀਂ 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 ਪਲੀਜ਼ ਪਲੀਜ਼ ਦੱਸੋ ਸਾਨੂੰ ਟਰਬਨ ਜਿਹੜੀ ਬੇਟੇ ਇੱਥੇ ਚੱਲੀ ਸੀ ਟਰਬਨ ਪਾ ਕੇ ਮੋਟਰਸਾਈਕਲ ਰਾਈਡ ਨਹੀਂ ਸੀ ਕਰ ਸਕਦੇ ਹੈਲਮਟ ਕੰਪਲਸਰੀ ਸੀ ਜੀ ਰਿਕੁਐਸਟ ਕੀਤੀ ਲੋਕਾਂ ਨੇ ਬਹੁਤ ਚਿਰ ਲੱਗਾ ਗੋਰੇ ਮੰਨ ਗਏ ਸ੍ਰੀ ਸਾਹਿਬ ਕਿਰਪਾਨ ਏਅਰਪੋਰਟ 'ਤੇ ਨਹੀਂ ਸੀ ਲਿਜਾ ਸਕਦੇ ਹੁੰਦੇ ਉਹਨਾਂ ਦਿਨਾਂ 'ਚ ਡਿਊਟੀ 'ਤੇ ਮੈਂ ਅੰਮ੍ਰਿਤ ਨਹੀਂ ਸੀ ਛਕਿਆ ਨਹੀਂ ਸੀ ਲਿਜਾ ਸਕਦੇ ਸਲੋਗਨ ਕੀਤੀ ਗਵਰਨਮੈਂਟ ਨੂੰ ਅਪੀਲ ਕੀਤੀ ਅਤੇ 3 ਇੰਚ ਦੀ ਅਲਾਓ ਕਰ ਦਿੱਤੀ ਸਟਾਫ ਨੂੰ ਵੀ ਹਰ ਇੱਕ ਨੂੰ ਇਹੀ ਕਿ ਜਦ ਤੁਸੀਂ ਏਅਰਕ੍ਰਾਫਟ 'ਤੇ ਜਾਂਦੇ ਤੁਹਾਨੂੰ ਜਮ੍ਹਾਂ ਕਰਾਉਣੀ ਪੈਂਦੀ ਹੈ ਸੂਟਕੇਸ 'ਚ ਰੱਖ ਲਓ ਕਿਸ ਤਰ੍ਹਾਂ ਰੱਖ ਲਓ ਸੇਫ ਤੀਸਰੀ ਗੱਲ ਕਿ ਇਹ ਤੁਹਾਡੇ ਜਿਹੜਾ ਡਰੈਸ ਆ ਉਹ ਬਹੁਤ ਪਸੰਦ ਕਰਦੇ ਆ ਐਗਜ਼ਾਮਪਲ ਆਸਟ੍ਰੇਲੀਆ ਮੈਂ ਡਿਫਰੈਂਟ ਕਲਰ ਬੰਨ ਕੇ ਜਾਂਦਾ ਪਰ ਜਦੋਂ ਮੈਂ ਔਰੇਂਜ ਬੰਨ ਕੇ ਜਾਂਦਾ ਮੈਨੂੰ ਯੈਲੋ ਬੰਨ ਕੇ ਜਾਂਦਾ ਉਹ ਮੈਨੂੰ ਕਹਿੰਦੇ ਨਹੀਂ ਉਹ ਤੂੰ ਹਮੇਸ਼ਾ ਬੰਨ ਕੇ ਆਇਆ ਕਰ ਉਹ ਇੰਨਾ ਕਲਰ ਉਹ ਕਹਿੰਦੇ ਤੁਸੀਂ ਸਮਾਰਟ ਲੱਗਦੇ ਜੇ ਸਿੱਖ ਜਦੋਂ ਇਹ ਕਲਰ ਪਹਿਨਦੇ ਜੇ ਉਹ ਕਈ ਕਹਿੰਦੇ ਕਿ ਨਹੀਂ ਇਹ ਸਿੱਖਾਂ ਨੂੰ ਨਫ਼ਰ ਨਹੀਂ ਸਾਰਾ ਕੁਛ ਹੁੰਦਾ ਉਹ ਕਹਿੰਦੇ ਜਦੋਂ ਅਸੀਂ ਮਿਰਚ ਖਾਂਦੇ ਹਾਂ ਨਾ ਫਿਰ ਮਿੱਠਾ ਛੇਤੀ ਨਾਲ ਖਾਈਦਾ ਅਤੇ ਉਹ ਮਸਾਲਾ ਫਿਰ ਬਣਦਾ ਮਸਾਲਾ ਖਾ ਕੇ ਉਹ ਵਿੱਚ ਅਸੀਂ ਸਾਰਾ ਕੁਛ ਖਾ ਜਾਂਦੇ ਹਾਂ ਸੋ ਹਰ ਇੱਕ ਟਾਈਪ ਦੇ ਬੰਦੇ 5 ਫਿੰਗਰ ਨਾਟ ਸੇਮ ਹੁਣ ਗੋਰੇ ਚੰਗੇ ਵੀ ਆ ਗੋਰੇ ਮਾੜੇ ਵੀ ਆ ਸਕੋਟਿਸ਼ ਵੈਲਿਸ਼ ਪਰ ਮੈਂ ਹਰ ਇੱਕ ਨੂੰ ਉਹਨਾਂ ਨੂੰ ਕਹੂੰਗਾ ਮੈਂ ਇਹੋ ਕਹੋ ਅਰਦਾਸ ਕਰੋ ਪਰਮਾਤਮਾ ਅੱਗੇ ਕਿ ਯੂਨਾਈਟਿਡ ਕਿੰਗਡਮ ਯੂਨਾਈਟਿਡ ਰਹੇ ਸਪਲਿਟ ਨਾ ਹੋਵੇ ਸੇਮ ਮੈਂ ਭਾਰਤ ਦੇਸ਼ ਵਾਸਤੇ ਸੋਚਦਾ ਕਿਸਾਨ ਹੁਣ ਸਾਡੇ ਇੰਨਾ ਚਿਰ ਹੋ ਗਿਆ ਉੱਥੇ ਬੈਠਿਆਂ ਨੂੰ ਕੋਈ ਉਹਨਾਂ ਦੀ ਸੁਣਾਈ ਨਹੀਂ ਹੋ ਰਹੀ ਔਰ ਉਹ ਲੱਖਾਂ ਹੀ ਯਾਨੀ ਕਿ ਮੇ ਬੀ ਮਿਲੀਅਨਸ ਕਿਸਾਨ ਮਿਲੀਅਨਸ ਦੇ ਅਪਸੈਟ ਵਿਦ ਓਨ ਗਵਰਨਮੈਂਟ ਨਾਟ ਬ੍ਰਿਟਿਸ਼ ਗਵਰਨਮੈਂਟ ਨਾਓ ਸਲੋਗਨ ਇਜ਼ ਕਮਿੰਗ ਵਿੱਚ ਆਈ ਗੈਟ ਐਗਰੀ ਵਿਦ ਦੈਮ ਗਵਰਨਮੈਂਟ ਵੀ ਨੀਡ ਆਲ ਦ ਵਾਈਟ ਬਲੈਕ ਬਲੂ ਵਾਟ ਐਵਰ ਇਟ ਇਜ਼ ਹੂ ਦੇ ਲਿਸਨ ਟੂ ਪਬਲਿਕ ਆਵਰ ਓਨ ਗਵਰਨਮੈਂਟ ਨਾਟ ਲਿਸਨਿੰਗ ਟੂ ਦੈਮ ਐਂਡ ਦੇ ਸੇ ਵੀ ਆਰ ਬੈਟਰ ਆਫ ਅੰਡਰ ਬ੍ਰਿਟਿਸ਼ ਪੀਪਲਸ ਜੀ ਸੋ ਯੂ ਨੀਡ ਟੂ ਹੈਵ ਏ ਕਾਮਨ ਸੈਂਸ ਨੋ ਵਨ ਇਜ਼ ਪਰਫੈਕਟ But they said, when you think, believe in God, sit together, talk, and sort it out. So, main ehi hai ke end meri life tak, main learn karda, mere father vi kehnde, beta, apne last breath tak tanu bachcha eho ji guidance de sakda, jehda siyana buzurg nahi de sakda. Oh, main apni jeb de vich pai hai, main kadi lose nahi karunga. Mainu koi eho ji munde mile, ke aa paise is tarah cheti ban sakde hai. ਬੈਂਕ 'ਚ ਹੇਰਾਫੇਰੀ ਹੋ ਸਕਦੀ ਆ ਆਹ ਹੋ ਸਕਦੀ ਸੁਣਦਾ ਰਿਹਾ ਪਰ ਮੈਂ ਉਹਨਾਂ ਨੂੰ ਫੋਲੋ ਨਹੀਂ ਕੀਤਾ ਐਂਡ 'ਤੇ ਆ ਕੇ ਉਹਨਾਂ ਨੇ ਮੈਨੂੰ ਕਾਪੀ ਕੀਤੀ ਮੇਰੇ 'ਚ ਪ੍ਰਿੰਸੀਪਲ ਇਹੋ ਜਿਹਾ ਭਰਤਾ ਪਰਮਾਤਮਾ ਨੇ ਕਿ ਮੈਂ ਦੂਸਰੇ ਦੀ ਕਾਪੀ ਨਹੀਂ ਕਰਨੀ ਹੁਣ ਇੱਥੇ ਮੈਂ ਅਲੋਟਮੈਂਟ ਦੇ ਵਿੱਚ ਵੀ ਆ ਐਗਜ਼ਾਮਪਲ ਮੂੰਗਰੇ ਆ ਜਿਹੜੇ ਤੁਸੀਂ ਸੁਣਿਆ ਕਿ ਸਬਜ਼ੀ ਆ ਕੋਈ ਬਹੁਤ ਘੱਟ ਉਗਾਉਂਦੇ ਆ ਹਾਂਜੀ ਇੱਕੋ ਮੈਂ ਵਾਂ ਕਿ ਜਿੱਥੇ ਉੱਥੇ ਸਬਜ਼ੀ ਮੂੰਗਰਿਆਂ ਦੀ ਮੈਂ ਲਾਈ ਪਰ ਉਹਨਾਂ ਨੇ ਕਿਹਾ ਕਿ ਇਸ ਤਰ੍ਹਾਂ ਫੋਲੋ ਕਰੋ ਬੋਕਸ ਬਣਾਓ ਵਾਹ ਕਰੋ ਯੂ ਨੋ ਸੋ ਮੈਨੀ ਡਿਫਰੈਂਟ ਥਿੰਗ ਇੱਥੇ ਕਰਦੇ ਆ ਮੈਂ ਉਹਨਾਂ ਨੂੰ ਫੋਲੋ ਨਹੀਂ ਕੀਤਾ ਪਰ ਉਹ ਮੂੰਗਰੇ ਪਰਮਾਤਮਾ ਇੰਨੇ ਕੀਤੇ ਕਿ ਕਾਫੀ ਹਾਊਸਿਸ ਕਈ ਫਰੈਂਡ ਕਈ ਕੁੜੀਆਂ ਮੁੰਡੇ ਬਜ਼ੁਰਗ ਬੇਟੀ ਨੇ ਉਹਨਾਂ ਨੂੰ ਸਾਰਿਆਂ ਨੂੰ ਵੰਡੇ ਆ ਔਰ ਜਿੱਥੇ ਦੂਸਰਿਆਂ ਨਾਲ
ਕੰਪੇਅਰ ਕੀਤਾ, ਹੋਰ ਨੇ ਵੀ ਕੀਤਾ, ਉਹ ਕਹਿੰਦਾ ਕਿ ਮੇਰੇ ਤੇ ਇੰਨੇ ਹੋਏ ਨਹੀਂਗੇ। ਹੋ ਸਕਦਾ ਉਹਨਾਂ ਉਹਦਾ ਇੰਨਾ ਵਿਸ਼ਵਾਸ ਨਾ ਹੋਊ ਜਾਂ ਉਹਦੇ 'ਚ ਕੋਈ ਹੋਰ ਕੋਈ ਕਮੀ ਹੋਊਗੀ, ਪਰ ਇਹ ਮੇਰੇ ਤੇ ਪਰਮਾਤਮਾ ਨੇ ਜੋ ਕਰਦਾ ਚੀਜ਼ ਅਲੋਟਮੈਂਟ 'ਚ, ਕੋਈ ਵੀ ਚੀਜ਼ ਹੁੰਦੀ ਆ ਮੈਂ ਦੂਸਰੇ ਨਾਲ ਸ਼ੇਅਰ ਜ਼ਰੂਰ ਕਰਦਾ। ਐਗਜ਼ਾਮਪਲ ਸਟ੍ਰੋਬੈਰੀ ਆ, ਉਹ ਜ਼ਰੂਰ ਸ਼ੇਅਰ ਕਰਦੇ ਹਾਂ। ਹੈਂਡੀਕੈਪ ਜਾਂ ਕਿਸੇ ਨੂੰ ਕੋਈ ਪ੍ਰੋਬਲਮ ਆ, ਜੀ ਮਿਡਲ ਆਫ ਨਾਈਟ ਵੀ ਮੈਨੂੰ ਪਤਾ ਮੈਂ ਆਪਣੀ ਲਾਈਫ ਦੀ ਪਰਵਾਹ ਨਹੀਂ ਕਰਦਾ, ਮੈਂ ਜਾ ਕੇ ਹੈਲਪ ਕਰੂੰਗਾ। ਉਹ ਮੇਰੇ ਜੋ ਲਿਸਨਰ ਵੀ ਇੱਥੇ ਅਮੈਰੀਕਾ 'ਚ ਵੀ ਤੁਹਾਡੇ ਰਹਿ ਰਹੇ ਆ, ਉਹਨਾਂ ਨੂੰ ਪਤਾ ਮੇਰੇ ਛੋਟੇ ਹੁੰਦਿਆਂ ਨੂੰ ਮੈਨੂੰ ਉਹਨਾਂ ਬੱਚਿਆਂ ਵਾਂਗੂ ਪਾਲਿਆ, ਜਿਹੜਾ ਕਿ ਮੈਂ ਇੱਥੇ ਨਾਂ ਨਹੀਂ ਦੱਸਦਾ, ਪਰ ਉਹਨਾਂ ਨੇ ਮੈਨੂੰ ਬਹੁਤ ਸੋਹਣਾ ਪਾਲਿਆ, ਜੰਡਿਆਲਾ ਗੁਰੂ ਮੈਂ ਕਹਿ ਸਕਦਾ। ਉਹਨਾਂ ਨੇ ਮੈਨੂੰ ਬੱਚਿਆਂ ਵਾਂਗੂ ਪਾਲਿਆ, ਉਹ ਜੇ ਵੇਖਣਗੇ ਤਾਂ ਉਹਨਾਂ ਨੂੰ ਪਤਾ ਕਿ ਮੇਰਾ ਪ੍ਰਿੰਸੀਪਲ ਕੀ ਹੁੰਦਾ ਸੀ, ਗਾਲ ਨਹੀਂ ਕੱਢਣੀ, ਕਿਸੇ ਦਾ ਬੁਰਾ ਨਹੀਂ ਸੋਚਣਾ, ਲੜਾਈ ਝਗੜੇ ਦੀ ਅਵੋਇਡ ਕਰਨੀ, ਪਰ ਜਿੱਥੇ ਧੀਆਂ ਭੈਣਾਂ ਨੂੰ ਕੋਈ ਪ੍ਰੋਬਲਮ ਆ ਉੱਥੇ ਮੈਂ ਪਿੱਛੇ ਨਹੀਂ ਹਟਣਾ। ਸੋ ਬੇਟੇ ਸਾਰੇ ਲੋਕ ਜੋ ਆ ਨਾ ਸਾਡੇ ਵਾਸਤੇ ਸੇਮ ਆ, ਚਾਹੇ ਹਿੰਦੂ ਆ ਚਾਹੇ ਸਿੱਖ ਆ। ਹੁਣ ਹਿੰਦੂ ਮੁੰਡਿਆਂ ਨਾਲ ਅਸੀਂ ਪੜ੍ਹਦੇ ਰਹੇ ਹਾਂ, ਸਾਡੀ ਇੰਨੀ ਲੁਕਾਹਟ ਕਰਦੇ ਰਹੇ, ਔਰ ਉਹਨਾਂ ਨੂੰ ਮੈਂ ਵੇਖਿਆ ਕਿ ਉਹ ਗੰਢਾ ਵੀ ਨਹੀਂ ਖਾਂਦੇ, ਪਰ ਉਹਨਾਂ ਦੇ ਪ੍ਰਿੰਸੀਪਲ ਵੇਖੋ। ਸਾਡੇ ਕਈ ਮੈਨੂੰ ਇਹ ਕਹਿਣ 'ਚ ਵੀ ਹੈਜੀਟੇਸ਼ਨ ਨਹੀਂ, ਭਾਵੇਂ ਕੱਲ੍ਹ ਨੂੰ ਫੜ ਕੇ ਕਿਰਪਾਨ ਮੇਰੇ ਦੁਆਲੇ ਤੁਰੀ ਫਿਰਨ ਮੇਰੇ ਸਿੱਖ, ਵੇਖਣ ਨੂੰ ਅਸੀਂ ਸਿੱਖ ਲੱਗਦੇ ਹਾਂ, ਸਾਰੇ ਨਹੀਂ ਕੁਛ। ਰਾਤ ਨੂੰ ਸ੍ਰੀ ਸਾਹਿਬ ਲਾ ਕੇ ਦੂਜੇ ਪਾਸੇ ਰੱਖ ਦਿੰਦੇ ਆ ਅਤੇ ਗਲਤ ਕੰਮ ਕਰਦੇ ਆ, ਉਹ ਮੈਨੂੰ ਦਰੋਖ ਜ਼ਰੂਰ ਹੁੰਦਾ, ਜਿਹੜਾ ਕਿ ਇੰਨਾ ਕੁ ਮੈਂ ਸ਼ੇਅਰ ਕੀਤਾ। ਜੇ ਸਾਰੇ ਚੀਜ਼ਾਂ ਠੀਕ ਹੋ ਜਾਣ ਤਾਂ ਹੋਰ ਕੀ ਚਾਹੀਦਾ, ਸਪੈਸ਼ਲੀ ਜਦੋਂ ਪ੍ਰੋਮਿਸ ਕਰ ਲਓ ਪਰਮਾਤਮਾ ਨਾਲ ਤੁਸੀਂ ਅੰਮ੍ਰਿਤ ਛਕ ਲਓ, ਉਸ ਟਾਈਮ 'ਤੇ ਤਾਂ ਥੋੜ੍ਹਾ ਜਿਹਾ ਹੈਜੀਟੇਸ਼ਨ ਹੋਣੀ ਚਾਹੀਦੀ, ਸੰਕੋਚ ਰਿਸਪੈਕਟ ਹੋਣੀ ਚਾਹੀਦੀ ਹੈ। ਧੀਆਂ ਭੈਣਾਂ ਦੀ ਇਨਸਲਟ ਨਹੀਂ ਹੋਣੀ ਚਾਹੀਦੀ, ਇਹਨਾਂ ਦੀ ਰਿਸਪੈਕਟ ਹੋਣੀ ਚਾਹੀਦੀ ਹੈ। ਪਹਿਲਾਂ ਪਰਮਾਤਮਾ, ਪਰਮਾਤਮਾ ਤੋਂ ਬਾਅਦ ਲੇਡੀਜ਼ ਆ, ਅਤੇ ਇਹ ਨਾ ਹੁੰਦੀਆਂ ਅਸੀਂ ਕਿੱਥੋਂ ਆਉਣਾ ਹੈ, ਜਿਹੜੇ ਕਿ ਅਸੀਂ ਉਹਨਾਂ ਨੂੰ ਅੱਜ ਕੁੱਟਦੇ ਹਾਂ, ਗਾਲਾਂ ਦਿੰਦੇ ਹਾਂ, ਸਭ ਕੁਛ ਕਰਦੇ ਹਾਂ। ਅਤੇ ਸਪੋਰਟਸ ਜਿਹੜੀ ਆ, ਸਪੋਰਟਸ ਤੋਂ ਬਿਨਾਂ ਤੁਸੀਂ ਡਾਕਟਰਾਂ ਦੇ ਜਾਣਾ ਤੁਰੇ ਫਿਰੋ, ਪਰ ਡਾਕਟਰਾਂ ਦੇ ਵੀ ਜਾਣਦੇ, ਉਹ ਵੀ ਕਹਿੰਦੇ ਆਪਣੀ ਲੁੱਕ ਆਫਟਰ ਯੋਰਸੈਲਫ, ਹੈਲਥ ਇਜ਼ ਬੈਸਟ। ਬਿਲਕੁਲ ਬਿਲਕੁਲ, ਸੋਰੀ ਮੈਂ ਸੋਰੀ ਬਾਰ ਟੂ ਮਚ। ਨੋ ਪਲੀਜ਼ 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 ਸੋਰੀ ਨਾ ਕਹੋ ਅੰਕਲ, ਤੁਹਾਡੀ ਤਾਂ ਮਤਲਬ ਯੂ ਨੋ ਇੱਕ ਇੱਕ ਗੱਲ ਨਾ ਕਿ ਸਿਰਫ ਮੈਨੂੰ ਇੰਸਪਾਇਰ ਕਰ ਰਹੀ ਹੈ, ਬਟ ਮੈਨੂੰ ਪਤਾ ਸਾਡੇ ਹਰੇਕ ਦਰਸ਼ਕ ਨੂੰ ਇਸ ਚੀਜ਼ ਤੋਂ ਡੈਫੀਨੇਟਲੀ ਕੋਈ ਨਾ ਕੋਈ ਮੋਟੀਵੇਸ਼ਨ, ਇੰਸਪੀਰੇਸ਼ਨ ਜਾਂ ਗਾਈਡੈਂਸ ਮਿਲ ਸਕਦੀ ਹੈ, ਹੋਪਫੁਲੀ ਮਿਲੀ ਹੋਏਗੀ। So good to have you, Rajinder Singh ji, known as the skipping Sikh. Recently tonu UK the royal family ne samman kita, you got an honor from Prince Charles himself, tonu Wimbledon jo ki bahut exclusive tennis event hunda hai ode vich invite kita, dono thavan te tusi simple bane de vich te ਇੱਕ ਸਰਦਾਰ ਦੀ ਜੋ ਸ਼ਾਨ ਹੁੰਦੀ ਹੈ ਦਸਤਾਰ ਨੂੰ ਸਜਾ ਕੇ ਗਏ, ਅਤੇ ਸਾਡੇ ਸਾਰਿਆਂ ਦਾ ਮੈਂ ਕਹਾਂਗੀ ਯੂ ਨੋ ਯੂ ਮੇਡ ਅਸ ਸੋ ਪ੍ਰਾਊਡ, ਅਤੇ ਸਿੱਖਾਂ ਦਾ ਨਾਂ ਤੁਸੀਂ ਰੋਸ਼ਨ ਕੀਤਾ। ਥੈਂਕ ਯੂ ਸੋ ਮੱਚ ਫੋਰ ਐਵਰੀਥਿੰਗ ਦੈਟ ਯੂ ਡੂ, ਜ਼ਰੂਰ ਇਸੇ ਤਰ੍ਹਾਂ ਲੱਗੇ ਰਹੋ। ਐਂਡ ਅੰਕਲ ਤੁਸੀਂ ਕਹਿ ਰਹੇ ਸੀ ਅਕਤੂਬਰ ਦੇ ਵਿੱਚ ਤੁਸੀਂ ਯੂ ਆਰ ਰਨਿੰਗ ਅ ਮੈਰਾਥੋਨ, ਸੋ ਜਾਂਦੇ ਜਾਂਦੇ ਸਾਨੂੰ ਥੋੜ੍ਹਾ ਜਿਹਾ ਬਾਰੇ ਦੱਸ ਦਿਓ ਕਿ ਇਸ ਮੈਰਾਥੋਨ ਦੇ ਵਿੱਚ ਅਗਰ ਤੁਹਾਡੀ ਸਪੋਰਟ ਕਰਨੀ ਹੋਏ ਤਾਂ ਕਿਸ ਤਰ੍ਹਾਂ ਸਾਡੇ ਦਰਸ਼ਕ ਤੁਹਾਡੇ ਨਾਲ ਜੁੜ ਕੇ ਸਪੋਰਟ ਕਰ ਸਕਦੇ ਇਸ ਚੀਜ਼ ਦੇ ਵਿੱਚ ਤੁਹਾਡੀ? ਉਹ ਸਪੋਰਟਸ ਤੇ ਬੇਟੀ ਨੂੰ ਪਤਾ, ਉਹ ਸਾਰਾ ਕੁਛ ਕਰਦੀ ਹੁਣ। ਇੰਨੇ ਬੇਟੇ ਮੈਸੇਜ ਆਉਂਦੇ ਆ ਨਾ, ਮੇਰੇ ਕੋਲ ਟਾਈਮ ਨਹੀਂ, ਕਿਉਂਕਿ ਮੈਂ ਇਸ ਤਰ੍ਹਾਂ ਟਾਈਮ ਨਹੀਂ ਕਿ ਮੈਂ ਆਪਣੇ ਆਈਪੈਡ ਤੇ ਹੋਰ ਵੀ ਚੀਜ਼ਾਂ ਕੀ ਵੇਖਣੀਆਂ ਹੁੰਦੀਆਂ ਕਿ ਕੀ ਹੋ ਰਿਹਾ। ਅਲੋਟਮੈਂਟ 'ਚ ਜਾਂਦਾ 3 ਡੇਜ਼ ਵਾਲੰਟੀਅਰ ਆਸਟ੍ਰੇਲੀਆ ਪਾਰਕ ਤੋਂ ਆਲਮੋਸਟ 5 ਮਾਈਲਸ, ਉੱਥੇ ਮੈਂ ਤੁਰ ਕੇ ਵੀ ਜਾਂਦਾ ਕਿ ਪ੍ਰੈਕਟਿਸ ਵੀ ਮੈਨੂੰ ਕਰਨੀ ਪੈਣੀ ਆ ਕਿ ਅਕਤੂਬਰ ਦਾ ਮਾਰਾਥਨ ਨਾ ਹੋਵੇ ਮੈਂ ਹਾਫ ਵੇ ਡਿੱਗਾ ਹੋਵਾਂ, ਫਿਰ ਮੈਂ ਆਪਣੇ ਭਾਰਤ ਦੇਸ਼ ਦੀ ਜਾਂ ਇੰਗਲੈਂਡ ਦੀ ਜਿਹੜੀ ਰਿਸਪੋਂਸੀਬਿਲਟੀ ਸਿਰ 'ਤੇ ਚੁੱਕੀ ਆ ਉਹਨੂੰ ਮੈਂ ਬੇਸ਼ੱਕ ਕਰਨਾ ਪਰਮਾਤਮਾ ਨੇ ਕਿ ਡਿੱਗ ਪਵਾਂ, ਹਾਫ ਮਾਰਾਥਨ ਨਹੀਂ ਕਰ ਸਕਾਂ ਤਾਂ ਮੇਰੇ ਕੋਲ ਮੈਂ ਫਿਨਿਸ਼ ਹੋ ਜਾਵਾਂ। ਉਹ ਮੈਂ ਜਿਹੜੀ ਆਪਣੀ ਪ੍ਰੈਕਟਿਸ ਕਰਦਾ ਵਾਂ, ਔਰ ਜਿਹੜੀਆਂ ਚੀਜ਼ਾਂ ਬਾਕੀ ਆ ਕੀ ਕਹਿੰਦੇ ਆ ਚੈਰਿਟੀ ਵਾਸਤੇ, ਉਹ ਮੈਨ ਕੈਪ ਉਹਨੂੰ ਕਹਿੰਦੇ, ਜਿਹੜੇ ਕਿ ਬੱਚਿਆਂ ਨੂੰ ਪ੍ਰੋਬਲਮਸ ਆ ਉਹਨਾਂ ਦੀ ਹੈਲਪ ਕਰਦੇ ਆ, ਸਪੋਰਟ ਕਰਦੇ ਆ। ਵੈਰੀ 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 ਗੁੱਡ ਚੈਰਿਟੀ, ਟਰੱਸਟਵਰਦੀ ਜੀ ਜੀ। ਤੇ ਉਹਨਾਂ ਨੇ ਮੈਨੂੰ ਚੂਜ਼ ਕੀਤਾ, ਬੇਟੀ ਨੂੰ ਰਿਕੁਐਸਟ ਕੀਤੀ ਕਿ ਡੈਡ ਤੇਰਾ ਸਾਡੇ ਵਾਸਤੇ ਮਾਰਾਥਨ ਲਾਵੇ, ਪਰ ਬੇਟੀ ਨੇ ਉਹਨਾਂ ਨੂੰ ਕਿਹਾ ਸੀ ਕਿ ਮੇਰਾ ਡੈਡ ਸਕਿਪਿੰਗ ਕਰੂ, ਜਿਹਦੇ 'ਚ ਉਹਨਾਂ ਨੇ ਮੈਂ ਕਿਹਾ ਸੀ ਕਿ ਡਿਫੀਕਲਟ ਆ ਮਨ ਦੇ ਵਿੱਚ, ਅਤੇ ਉਹਨਾਂ ਨੇ ਕਿਹਾ ਹੈਲਥ ਐਂਡ ਸੇਫਟੀ ਕਰ ਨਹੀਂ ਸਕਦਾ, ਫਿਰ ਹੀ ਮੈਂ ਸਕਿਪਿੰਗ ਬਿਗਿਨਿੰਗ ਤੋਂ ਜਾਂ ਜਿੱਥੇ ਵੀ 5 ਮਾਈਲ ਜਾਂ 26 ਮਾਈਲ ਆ ਆਲਮੋਸਟ,
मैं कोशिश करूँ करने की। सो चैरिटी के वास्ते मैं कर रहा वा 3 अक्टूबर दे विच, होपफुली कि वह कैंसल ना हो जा किस तरह भी है, तो आई एम लुकिंग फॉरवर्ड के परमात्मा कंप्लीट कराऊगा। तुहाडियां आशीर्वादां वर्ल्ड वाइड सारिआं दी मैं बहुत रिस्पैक्ट बहुत मैं धन्यवाद करदा परमात्मा का भी जिन्हां ने कि तुहाडे वर्गे बच्चे हैगे जिहड़े मैसेज स्प्रैड करना वो बहुत चंगी गल है। थैंक यू सो मच। जिहड़ी स्प्रैड कर रहे जे इहदे विच जिहड़ी जिहदे वास्ते स्प्रैड करदे जे वह भी ईमानदार उहनूं बनना चाहीदा जी, कि जे वह हेराफेरी करदा तो उहदे विच तुहानूं सारिआं नूं मीडिया नूं ਉਹਦੀ ਇਨਸਲਟ ਵੀ ਹੋਣੀ ਚਾਹੀਦੀ ਵਰਲਡ ਵਾਈਡ। ਪ੍ਰੋਬਲਮ ਇਹ ਹੈ ਕਿ ਜਦੋਂ ਇਸ ਤਰ੍ਹਾਂ ਕੋਈ ਕਰਦੇ ਆ ਨਾ ਉਹਨਾਂ ਨੂੰ ਫਿਰ ਸ਼ੋਅ ਨਹੀਂ ਕੀਤਾ ਜਾਂਦਾ ਕਿ ਇਹਨੇ ਖਰਾਬ ਕੀਤਾ ਕੰਮ। ਉਹਦੀ ਸਾਰੀ ਮੂਵੀ ਬਣਨੀ ਚਾਹੀਦੀ ਹੈ ਵਰਲਡ ਵਾਈਡ ਤਾਂ ਕਿ ਉਹ ਇਨਸਾਨ ਫਿਰ ਮੂੰਹ ਨਾ ਵਿਖਾੜ ਸਕੇ ਕਿ ਚੈਰਿਟੀ ਦੇ ਪੈਸੇ ਤੁਸੀਂ ਲੈ ਕੇ ਹੇਰਾਫੇਰੀ ਕਰ ਜੋ ਤੇ ਤੁਹਾਨੂੰ ਪ੍ਰਮਾਤਮਾ ਮਾਫ਼ ਨਹੀਂ ਕਦੀ ਕਰੇ। ਬਿਲਕੁਲ 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 ਰਜਿੰਦਰ ਸਿੰਘ ਜੀ, ਤੁਹਾਡੀ ਆਸ਼ੀਰਵਾਦਾਂ ਮੈਂ ਕੁਛ ਨਹੀਂ ਗਾ, ਮੇਰਾ ਮੁਝਮੇ ਕੁਛ ਨਹੀਂ, ਸੱਚੇ ਪਾਤਸ਼ਾਹ ਉਹ ਪ੍ਰਮਾਤਮਾ ਕਰਾ ਰਿਹਾ। ਕਹੋਗੇ ਆਪਣੀ ਲੁੱਕ ਆਫਟ ਸਾਰੇ ਕਰੋ, ਹੈਲਥ ਇਜ ਵੈਲਥ ਹੈ ਗੋਰੇ ਵੀ ਕਹਿੰਦੇ ਆ ਸਾਰੇ ਅਸੀਂ ਕਹਿੰਦੇ ਹਾਂ ਹਾਂਜੀ, ਤੇ ਇੱਕ ਦੂਜੇ ਦੀ ਰਿਸਪੈਕਟ ਤੇ ਇਮਾਨਦਾਰੀ ਨਾਲ ਚੱਲੋ। ਫੂਡ ਆਪਣਾ ਫੂਡ ਤੇ ਮੇਨ ਚੀਜ਼ ਆ, ਕੰਟਰੋਲ ਕਰੋ। ਹੁਣ ਇਸ ਟਾਈਮ ਤੇ ਜੇ ਮੈਂ ਕੈਲਰੀ ਇੰਨੀ ਖਾਧੀ ਹੈ ਤੇ ਅਗਲੇ ਦਿਨ ਮੈਂ ਕਹਿਣਾ ਕਿ ਐਕਸਰਸਾਈਜ਼ ਇੰਨੀ ਘੱਟ ਕੀਤੀ ਆ, ਉਹ ਬਰਨ ਹੋਣਾ ਚਾਹੀਦਾ। ਮੈਨੂੰ ਇਹ ਵੀ ਕੁਐਸਚਨ ਕਰਦੇ ਤੂੰ ਸਲਿਮ ਕਿਸ ਤਰ੍ਹਾਂ, ਉਹਨਾਂ ਨੂੰ ਮੈਂ ਕਹਿਣਾ ਕਿ ਤੁਸੀਂ ਮੇਰਾ ਫੂਡ ਨਹੀਂ ਪਸੰਦ ਕਰਨਾ। ਕਈ ਵਾਰ ਮੈਂ ਇੱਥੇ ਖਾਣਾ ਮੈਂ ਇਕੱਲਾ ਖਾਣਾ ਤਾਂ ਕਿ ਬੇਟੀ ਇਹਨਾਂ ਦੇ ਤੜਕੇ ਵਗੈਰੇ ਲਾਉਣੇ ਆ, ਮੈਂ ਤਾਂ ਸਿੰਪਲ ਬ੍ਰੈਡ ਕੀ ਕਹਿੰਦੇ ਇਹਨੂੰ ਹਲਦੀ ਤੇ ਸਿਨਮਨ ਬਟਰ ਮਿਲਕ ਹੋਰ ਕੋਈ ਚੀਜ਼ਾਂ ਜਿਹੜੀਆਂ ਮੈਂ ਤੜਕੇ ਇਹੋ ਜਿਹੀਆਂ ਚੀਜ਼ਾਂ ਅਵੋਇਡ ਕਰਦਾ। ਐਪਲ ਮੈਂ ਖਾ ਨਹੀਂ ਸਕਦਾ ਤਾਂ ਕਿ ਦੰਦ ਹੋਣਾ ਹੈ ਨਹੀਂ ਗੇ, ਪਰ ਸਿੰਪਲ ਫੂਡ ਜਿਹੜਾ ਨਾ ਫਿਰ ਜੇ ਨੈਕਸਟ ਡੇ ਮੈਨੂੰ ਪ੍ਰੋਬਲਮ ਆ ਕਿ ਮੈਂ ਓਵਰ ਖਾ ਲਿਆ ਫਿਰ ਉਹਨੂੰ ਥਿੰਕ ਕਰਨਾ ਕਿ ਆਹ ਚੀਜ਼ ਤੂੰ ਅਵੋਇਡ ਕਰਨੀ ਹੈ। ਫੂਡ ਵੀ ਤੇ ਹੈਲਥ ਵੀ ਤੇ ਸਾਰਾ ਕੁਝ ਕੰਬਾਈਨ ਹੋਣਾ ਚਾਹੀਦਾ, ਫਿਰ ਰਜਿੰਦਰ ਸਿੰਘ ਜੀ ਤੁਹਾਨੂੰ ਅਕਟੋਬਰ ਦੇ ਵਿੱਚ ਸਾਡੇ ਸਾਰਿਆਂ ਵੱਲੋਂ ਬੈਸਟ ਆਫ ਲੱਕ, ਵਿਲ ਬੀ ਫਾਲੋਇੰਗ ਐਂਡ ਕਲੋਸਲੀ ਵਾਚਿੰਗ, ਐਂਡ ਜ਼ਰੂਰ ਸਾਡੇ ਵੱਲੋਂ ਅਰਦਾਸ ਹੋਏਗੀ ਕਿ ਤੁਸੀਂ ਇਸ ਚੀਜ਼ ਦੇ ਵਿੱਚ ਯੂ ਆਰ ਗੋਇੰ ਟੂ ਡੂ ਅਮੇਜ਼ਿੰਗ, ਯੂ ਆਰ ਗੋਇੰ ਟੂ ਬੀ ਸਕਸੈਸਫੁਲ, ਐਂਡ ਵੀ ਕੈਨਟ ਵੇਟ। ਥੈਂਕ ਯੂ ਸੋ ਮੱਚ ਰਜਿੰਦਰ ਸਿੰਘ ਜੀ, ਤੁਸੀਂ ਸਾਡੇ ਨਾਲ ਜੁੜੇ, ਸੋ ਗੁੱਡ ਟੂ ਹੈਵ ਯੂ। ਕਹਿਣਾ ਮੈਂ ਜੇ ਕੁਛ ਬੋਲਿਆ ਹੋਵੇ ਮੈਨੂੰ ਜ਼ਰੂਰ ਮਾਫ਼ ਕਰਿਓ ਅਤੇ ਅੱਗੇ ਤੋਂ ਮੈਂ ਰਾਈਟ ਕਰ ਸਕਾਂ, ਮੈਨੂੰ ਬਲੈਸਿੰਗ ਦਿਓ ਅਤੇ ਤੁਹਾਨੂੰ ਸਾਰਿਆਂ ਨੂੰ ਪਰਮਾਤਮਾ ਸੁਖੀ ਵਸਾਵੇ। ਹੈਲਥ ਇਜ਼ ਵੈਲਥ ਹੈ, ਭੁੱਲਣਾ ਨਹੀਂ ਚਾਹੀਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹਦੇ ਨਾਲ ਹੀ ਪ੍ਰੋਗਰਾਮ ਦੀ ਸਮਾਪਤੀ ਕਰਦੇ ਹਾਂ। ਜਿਸ ਤਰ੍ਹਾਂ ਤੁਸੀਂ ਵੇਖਿਆ ਰਜਿੰਦਰ ਸਿੰਘ ਜੀ ਦ ਸਕਿਪਿੰਗ ਸਿੱਖ ਕਿਸ ਤਰ੍ਹਾਂ ਸਿੰਘਾਂ ਦਾ ਨਾਂ ਰੋਸ਼ਨ ਕਰ ਰਿਹਾ ਹੈ, ਦੁਨੀਆ ਦੇ ਸਭ ਤੋਂ ਮੈਂ ਕਹਾਂਗੀ ਪ੍ਰੋਮੀਨੈਂਟ ਵਰਲਡ ਸਟੇਜ 'ਤੇ। ਇਟ ਵਾਜ਼ ਅ ਪਲੈਜ਼ਰ। ਅਗਰ ਤੁਸੀਂ ਸਾਡੇ ਨਾਲ ਕੋਈ ਕੁਐਸਚਨਸ, ਕਮੈਂਟਸ, ਕੰਸਰਨਸ ਇਸ ਪ੍ਰੋਗਰਾਮ ਬਾਰੇ ਰੱਖਣਾ ਚਾਹੁੰਦੇ ਹੋ ਜਾਂ ਰਜਿੰਦਰ ਸਿੰਘ ਜੀ ਨਾਲ ਜੁੜਨਾ ਚਾਹੁੰਦੇ ਤੁਸੀਂ ਸਾਨੂੰ ਲਿਖ ਸਕਦੇ ਹੋ info@justbroadcasting.com, ashmita@justbroadcasting.com। ਹੁਣ ਮੈਨੂੰ ਦਿਓ ਇਜਾਜ਼ਤ, ਸਤਿ ਸ਼੍ਰੀ ਅਕਾਲ।